ਦੇਖ ਲਓ ਜਸ ਟੀਵੀ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ ਟੂ ਦਾ ਪੁਆਇੰਟ ਵਿੱਚ ਅੱਜ ਮੁੱਦਾ ਹੈਗਾ ਬਹਿਬਲ ਕਲਾਂ ਗੋਲੀਕਾਂਡ ਕੋਟਕਪੁਰਾ ਗੋਲੀਕਾਂਡ ਬਰਗਾੜੀ ਬੇਅਦਬੀ ਇਹ ਸਾਰੇ ਮੁੱਦੇ ਦੀ ਗੱਲ ਕਰਾਂ ਕਿਉਂਕਿ ਸਾਰੇ ਮੁੱਦਿਆਂ ਦਾ ਇੱਕ ਦੂਜੇ ਨਾਲ ਇੱਕ ਰਿਸ਼ਤਾ ਹੈਗਾ ਕਨੈਕਸ਼ਨ ਹੈਗਾ ਅਤੇ ਉਸ 'ਤੇ ਪੰਥ ਨੂੰ ਬਹੁਤ ਇਤਰਾਜ਼ ਹੈਗਾ ਕਿਉਂਕਿ ਸਾਲ 2015 ਦੇ ਵਿੱਚ ਇਹ ਘਟਨਾ ਵਾਪਰਦੀ ਹੈ ਉਸ ਤੋਂ ਬਾਅਦ ਅੱਜ ਤੱਕ ਕਿੰਨੇ ਕਦਮ ਸਰਕਾਰ ਨੇ ਪੁੱਟੇ ਹੈਗੇ ਕਿੰਨੇ ਕਦਮ ਪ੍ਰਸ਼ਾਸਨ ਨੇ ਪੁੱਟੇ ਆ ਸਵਾਲ ਉਹਨਾਂ 'ਤੇ ਹੈਗਾ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਜਦੋਂ ਸਰਕਾਰ ਜੱਸੀ ਰਣਜੀਤ ਸਿੰਘ ਕਮਿਸ਼ਨ ਨੂੰ ਜਾਂਚ ਸੌਂਪਦੀ ਹੈਗੀ ਹੈ ਅਤੇ ਉਸ ਜਾਂਚ ਦੇ ਵਿੱਚ ਉਸ ਤੋਂ ਬਾਅਦ 4 ਪੁਲਿਸ ਮੁਲਾਜ਼ਮਾਂ ਦੇ ਨਾਮ ਪੁਰਾਣੀ FIR ਦੇ ਵਿੱਚ ਸ਼ਾਮਲ ਕੀਤੇ ਜਾਂਦੇ ਆ ਕੋਟਪੁਰਾ ਗੋਲੀਕਾਂਡ ਦੇ ਵਿੱਚ ਅਣਪਛਾਤੇ ਪੁਲਿਸ ਵਾਲਿਆਂ 'ਤੇ ਕੇਸ ਦਰਜ ਕੀਤਾ ਜਾਂਦਾ ਹੈਗਾ ਸਵਾਲ ਇਹ ਹੈਗਾ ਕਿ 3 ਸਾਲਾਂ ਬਾਅਦ ਵੀ ਤਕਰੀਬਨ 4.5 ਸਾਲ ਬਾਅਦ ਵੀ ਅਣਪਛਾਤੀ ਪੁਲਿਸ ਕਿਹੜੀ ਹੈਗੀ ਹੈ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਜੇ ਅੱਜ ਤੱਕ ਨਹੀਂ ਪਤਾ ਲੱਗ ਸਕਿਆ CBI ਜਾਂਚ ਸੌਂਪ ਦਿੱਤੀ ਗਈ ਹੈਗੀ ਹੈ ਪਰ ਸਵਾਲ ਇਹ ਹੈਗਾ ਬਹਿਬਲ ਕਲਾਂ ਗੋਲੀਕਾਂਡ ਕਿਸ ਨੇ ਦਿੱਤਾ ਹੁਕਮ ਅੱਜ ਬਹਿਸ ਕਿਉਂ ਕਰ ਰਹੇ ਹਾਂ ਅੱਜ ਬਹਿਸ ਇਸੇ ਕਰਕੇ ਕਰ ਰਹੇ ਹਾਂ ਕਿ ਬਹਿਬਲ ਕਲਾਂ ਗੋਲੀਕਾਂਡ ਵਾਪਰਨ ਨੂੰ 4.5 ਸਾਲ ਤਕਰੀਬਨ 3 ਸਾਲ ਹੋ ਚੁੱਕੇ ਆ ਜੱਸੀ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਿਸ਼ਾਂ 'ਤੇ ਕਾਰਵਾਈ 'ਤੇ ਵੀ ਰਾਜਨੀਤੀ ਹੋ ਰਹੀ ਹੈ ਸਰਕਾਰ ਕਹਿ ਰਹੀ ਹੈ ਅਸੀਂ ਕੁਝ ਕਦਮ ਪੱਟ ਰਹੇ ਹੈਗੇ ਹਾਂ ਕਮਿਸ਼ਨ ਦੀਆਂ ਸਿਫਾਰਿਸ਼ਾਂ 'ਤੇ ਕਾਰਵਾਈ ਕਰ ਰਹੇ ਹੈਗੇ ਆ ਬਹਿਬਲ ਕਲਾਂ ਗੋਲੀਕਾਂਡ 'ਤੇ CBI ਜਾਂਚ ਦੇ ਫੈਸਲੇ ਤੋਂ ਬਾਅਦ ਸਿਆਸਤ ਹੋਰ ਪੱਕੀ ਹੈ ਪੰਜਾਬ ਸਰਕਾਰ 'ਤੇ ਪਿਛਲੀ ਬਾਦਲ ਸਰਕਾਰ ਨੂੰ ਬਚਾਉਣ ਦੇ ਇਲਜ਼ਾਮ ਲੱਗ ਰਹੇ ਆ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ FIR ਵਿੱਚ 4 ਪੁਲਿਸ ਮੁਲਾਜ਼ਮ ਨਾਮਜ਼ਦ ਕੀਤੇ ਗਏ ਆ ਤਕਰੀਬਨ 4.5 ਸਾਲ ਬਾਅਦ ਕੋਟਪੁਰਾ ਮਾਮਲੇ ਵਿੱਚ ਅਣਪਛਾਤੇ ਪੁਲਿਸ ਵਾਲਿਆਂ 'ਤੇ ਮਾਮਲਾ ਦਰਜ ਕੀਤਾ ਗਿਆ ਵਿਰੋਧੀਆਂ ਸਣੇ ਕਈ ਪੰਥਕ ਜਥੇਬੰਦੀਆਂ ਨੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਹੈ ਵਾਰ ਵਾਰ ਮੰਗ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਕਮਿਸ਼ਨ ਦੀ ਰਿਪੋਰਟ ਨੂੰ ਮੋੜ ਨਕਾਰਿਆ ਇੱਕ ਵਾਰ ਫਿਰ ਕਿਹਾ ਕਿ ਅਸੀਂ ਤਾਂ ਇਸ ਰਿਪੋਰਟ ਨੂੰ ਕੂੜੇ ਵਿਸਿਟ ਦਿੱਤਾ ਪੰਜਾਬ ਸਰਕਾਰ ਦਾ ਸਪਸ਼ਟੀਕਰਨ ਹੈ ਵਿਧਾਨ ਸਭਾ ਇਜਲਾਸ ਵਿੱਚ ਰਿਪੋਰਟ ਰੱਖੀ ਜਾਵੇਗੀ ਇਸ 'ਤੇ ਸਿਆਸਤ ਨਾ ਕਰੋ ਅਤੇ ਸਿਆਸਤ ਕਹਿੰਦੀ ਕੀ ਹੈ ਪਹਿਲਾਂ ਸੁਣ ਲਈਏ ਦੇਖੋ ਸਾਹਿਬ ਹੋਮ ਮਿਨਿਸਟਰ ਦਾ ਕੰਮ ਸੀਗਾ ਸਾਰੇ ਇਸ ਮਸਲੇ ਦੇ ਉੱਤੇ ਗੌਰ ਕਰਕੇ ਅਤੇ ਉਹਨੂੰ ਕੰਟਰੋਲ 'ਚ ਲੈਂਦੇ ਜਿਹੜੇ ਲੋਕਾਂ ਦੇ ਭਾਵਨਾਵਾਂ ਆਦਿ ਹੋਈਆਂ ਸੀ ਉਹਨਾਂ ਨੂੰ ਜਾ ਕੇ ਮਿਲ ਕੇ ਉਹਨਾਂ ਦੇ ਜ਼ਖਮਾਂ ਦੇ ਉੱਤੇ ਮੱਲਮ ਲਾਉਂਦੇ ਅਤੇ ਆਪਣੀ ਕਾਰਗੁਜ਼ਾਰੀ ਦੱਸਦੇ ਪਰ ਉਹ ਜਿਹੜੀ ਅਕਾਲੀ BJP ਸਰਕਾਰ ਸੀ ਤੁਸੀਂ ਉਹ ਦਿਨ ਯਾਦ ਕਰੋ ਜਦੋਂ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਬਹਿਬਲ ਕਲਾਂ ਕਾਂਡ 'ਚ ਗੋਲੀ ਚੱਲੀ 1.5 ਮਹੀਨੇ ਤਾਈਂ ਸਾਰੀ ਅਕਾਲੀ BJP ਸਰਕਾਰ ਆਪਣੇ ਆਪਣੇ ਘਰਾਂ ਦੇ ਵਿੱਚ ਚੰਡੀਗੜ੍ਹ ਦੇ ਅੰਦਰ ਨਜ਼ਰਬੰਦ ਹੋਈ ਖੜੀ ਸੀ ਉਹ ਗੱਲਾਂ 'ਚ ਅਸੈਂਬਲੀ 'ਚ ਜਾ ਕੇ ਖੁੱਲਣਗੀਆਂ ਇਹਦੇ ਵਿੱਚ ਕੋਈ ਸਿਆਸਤ ਨਹੀਂ ਸਾਹਿਬ ਲੋਕਾਂ ਦੇ ਜਿਹੜੇ ਜ਼ਖਮ ਹੈ ਅੱਜ ਵੀ ਹਰੇ ਹੈ ਅਤੇ ਉਹ ਲੋਕ ਅੱਜ ਵੀ ਇਨਸਾਫ ਦੀ ਮੰਗ ਕਰਦੇ ਹੈ ਵੀ ਜਿਹੜੇ ਕਲਪਰੇਟ ਸੀ ਜਿਨ੍ਹਾਂ ਨੇ ਗੋਲੀ ਚਲਾਉਣ ਦੇ ਆਦੇਸ਼ ਦਿੱਤੇ ਉਹਨਾਂ ਨੂੰ ਕਟਘਰੇ 'ਚ ਖੇਡਣਾ ਪੈਂਦਾ ਪੋਲੀਟੀਕਲ ਸਿਰਫ ਮਲਾਈਨ ਕਰਨ ਵਾਸਤੇ ਹੈ ਪਹਿਲੇ ਅਸੀਂ ਰਣਜੀਤ ਉਸ ਕਮਿਸ਼ਨ ਨੂੰ ਠੁਕਰਾਤਾ ਸਾਡੇ ਕੋਲ ਸਬੂਤ ਨੇ ਕਿ ਕਿਵੇਂ ਬੈਠ ਕੇ ਵਿਰੋਧੀ ਪਾਰਟੀਆਂ ਨਾਲ ਮੀਟਿੰਗਾਂ ਕਰਦਾ ਕਿਵੇਂ ਬੈਠ ਕੇ ਉਹਨਾਂ ਤੋਂ ਸਾਰਾ ਕੁਝ ਲਿਖ ਰਿਹਾ ਸਾਡੇ ਕੋਲ ਸਬੂਤ ਨੇ ਅਸੀਂ ਥੋੜ੍ਹੇ ਸਮੇਂ 'ਚ ਪੇਸ਼ ਕਰਾਂਗੇ 30 ਜੂਨ ਨੂੰ ਦਿੱਤੀ ਗਈ ਰਿਪੋਰਟ ਕੋਈ ਹਿਲਜੁਲ ਨਹੀਂ ਆਹ ਜਿਹੜਾ ਅਸੀਂ ਚੰਦ ਦਿਨਾਂ ਤੋਂ ਪ੍ਰੈਸ਼ਰ ਪਾਇਆ ਬਹਿਬਲ ਕਲਾਂ ਗੋਲੀਕਾਂਡ ਵਿੱਚ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਨੋਮੀਨੇਟ ਕਰਤੇ ਬੰਦੇ ਉਹਨਾਂ ਨੂੰ ਨਾਮ ਲੈ ਤੇ ਤੁਸੀਂ ਉਹਨਾਂ ਨੂੰ FIR 'ਚ ਉਹਨਾਂ ਦਾ ਨਾਮ ਕਿਉਂ ਨਹੀਂ ਲੈ ਕੇ ਆਉਂਦੇ ਤਾਂ ਕਾਂਗਰਸ ਨੇ ਹੁਣ 4 ਕੁ ਬੰਦਿਆਂ ਦਾ ਅਫਸਰਾਂ ਦੇ ਨਾਮ ਉਸ FIR ਵਿੱਚ 302 ਵਿੱਚ ਸ਼ਾਮਿਲ ਕੀਤੇ ਨੇ ਫੜੇ ਹੈ ਨਹੀਂ ਗੇ ਹਲੇ ਵੀ ਫੜੇ ਕਿਉਂ ਨਹੀਂ ਗਏ ਵਾਈ ਆਰ ਦੇ ਨੋਟ ਬੀਂਗ ਅਰੈਸਟਡ ਇਟਸ ਅ ਮੈਟਰ ਆਫ ਮਰਡਰ 6 ਆਦਮੀ ਸ਼ਾਇਦ ਹਲੇ ਹੋਰ ਜਿਹੜੇ ਨਾਮਜ਼ਦ ਕੀਤੇ ਨੇ ਨਾ ਉਹਨਾਂ ਦਾ ਕੋਈ ਨਾਮ ਨੋਮੀਨੇਟ ਕੀਤਾ ਗਿਆ ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ਦੇ ਉੱਤੇ ਫੌਰੀ ਐਕਸ਼ਨ ਲੈਣਗੇ ਅੱਜ ਕੈਪਟਨ ਅਮਰਿੰਦਰ ਸਿੰਘ ਉਹ ਮਹਿਸੂਸ ਹੁੰਦਾ ਹੈ ਕਿ ਉਹ ਆਪਣੇ ਪੁੱਤ ਨਾਲੋਂ ਵੱਧ ਭਤੀਜੇ ਸੁਖਵੀਰ ਬਾਦਲ ਨੂੰ ਪਿਆਰ ਕਰਦੇ ਨਜ਼ਰ ਆ ਰਹੇ ਆ ਇਸ FIR ਦੇ ਵਿੱਚ ਸੁਖਵੀਰ ਬਾਦਲ ਦਾ ਨਾਮ ਕਿਉਂ ਨਹੀਂ ਜਦਕਿ ਸਰਕਾਰ ਤੇ ਗ੍ਰਹਿ ਮੰਤਰੀ ਦੀ ਇਜਾਜ਼ਤ ਤੋਂ ਬਿਨਾਂ ਇਹ ਗੋਲੀਕਾਂਡ ਹੋਇਆ ਹੀ ਨਹੀਂਗਾ ਸੋ ਜਿਹੜੀ FIR ਇਹ ਰੱਦੀ ਦਾ ਟੁਕੜਾ ਕਿਉਂਕਿ FSL ਦੀ ਰਿਪੋਰਟ ਜਿਹੜੀ ਫੋਰੈਂਸਿਕ ਲੈਬ ਦੀ ਰਿਪੋਰਟ ਉਹਦੇ ਵਿੱਚ ਇਹ ਗੱਲ ਸਾਫ਼ ਤੌਰ 'ਤੇ ਆ ਚੁੱਕੀ ਹੈ ਕਿ ਪੁਲਿਸ ਅਧਿਕਾਰੀ ਪੁਲਿਸ ਮੁਲਾਜ਼ਮਾਂ ਦੇ ਹਥਿਆਰਾਂ ਦੇ ਵਿੱਚੋਂ ਕੋਈ ਗੋਲੀ ਚੱਲੀ ਨਹੀਂ ਅਤੇ ਗੋਲੀ ਚਲਾਉਣ ਵਾਲੇ ਲੋਕ ਕਿਹੜੇ ਸੀ ਅਤੇ ਗੋਲੀ ਚਲਾਉਣ ਵਾਲੇ ਪੁਲਿਸ ਅਫਸਰਾਂ ਪੁਲਿਸ ਮੁਲਾਜ਼ਮਾਂ ਨੂੰ ਕਿਹਨੇ ਆਰਡਰ ਕੀਤਾ ਉਹ ਹੈਗਾ ਸੁਖਵੀਰ ਬਾਦਲ ਸੋ ਅਸੀਂ ਅੱਜ ਇਹ ਮੰਗ ਕਰਦੇ ਹਾਂ ਕਿ ਸੁਖਵੀਰ ਬਾਦਲ ਦੇ ਖਿਲਾਫ਼ ਤੁਰੰਤ FIR ਦਰਜ ਕੀਤੀ ਜਾਵੇ ਜਾਂ ਜਿਹੜੀ ਪਹਿਲਾਂ ਦਰਜ ਪੁਲਿਸ ਅਫਸਰਾਂ ਦੇ ਉੱਤੇ FIR ਹੋਈ ਆ ਉਹਦੇ ਵਿੱਚ ਸੁਖਵੀਰ ਬਾਦਲ ਦਾ ਨਾਮ ਵਿਸ਼ੇਸ਼ ਤੌਰ 'ਤੇ ਪ੍ਰਮੁੱਖਤਾ ਦੇ ਨਾਲ ਪਾਇਆ ਜਾਵੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਤਾਂ ਅਸੀਂ ਫਾੜ ਕੇ ਰੱਦੀ ਸਿੱਟ ਦਿੱਤਾ ਕਿਉਂਕਿ ਉਹ ਰਿਪੋਰਟ ਨਹੀਂ ਹੈ ਉਹ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਆਰਡਰ ਹੈ ਕਾਂਗਰਸ ਦੀ ਰਿਪੋਰਟ ਹੈ ਪੋਲੀਟੀਕਲ ਰਿਪੋਰਟ ਹੈ ਉਹਨਾਂ ਨੇ ਫੈਕਟਸ ਤਾਂ ਗਏ ਹੀ ਨਹੀਂ ਉਹ ਤਾਂ ਇਕੱਲੇ ਉਹਨਾਂ ਨੂੰ ਪਤਾ ਸੀ ਕਿ ਕੈਪਟਨ ਨੇ ਦੱਸਤਾ ਸੀ ਕਿ ਆਹ ਚੀਜ਼ ਲਿਖਣੀ ਆ ਤਾਂ ਰਣਜੀਤ ਸਿੰਘ ਨੇ ਲਿਖ ਦਿੱਤਾ ਸੋ ਉਹ ਰਿਪੋਰਟ ਤਾਂ ਮੰਨਦੇ ਨਹੀਂ ਅਸੀਂ
सवाल एक ही पूछांगे इस बहस के। सवाल यह पूछा जाएगा कि बैबल कला गोलीकांड में इकली खाखी कसूरवार है। इस सवाल से बहस करांगे, खास पैनल साथ स्टूडियो में है, उन्होंने तारुफ करा रहे हैं। डॉक्टर तारा सिंह संधु कांग्रेस से ने, अमरजीत सिंह धारनी श्रोमणी अकाली दल तो ने, कुलतार सिंह संधवा विधायक ने कोटकपुरा तो, आम आदमी पार्टी तो इतने नुमाइंदगी कर पहुंचे है। कुलतार संधवा तुहाडा बहुत स्वागत है, तारा संधु तुहाडा बहुत स्वागत है, अमरजीत सिंह धारनी तुहाडा बहुत स्वागत है, शशिकांत जी साबका डी जी पी जेल वो साडे नाल इत्थे पहुंचे ने। शशिकांत जी तुहाडा बहुत स्वागत है। शशिकांत जी उस कमीशन के नाल भी गए थे जिन्होंने लोक कमीशन कहा जाता है। शशिकांत जी तुहाडा बहुत स्वागत है। तो सुखराज सिंह उन्होंने सपुत्र ने जिन्होंने इस गोलीकांड के अपने आप को खत्म करवा लिया, कृष्ण भगवान सिंह। सानू बहुत अफसोस है सुखराज सिंह कि तुहानू इत्थे सदना पिया, तो सानू अफसोस इस गल का भी है कि तुहाडे पिता जी की जान इस पूरे विच गई है। सुखराज सिंह मैं चाहुंदा तां सीगा तुहाडे तों चर्चा शुरू करा, पर तुहाडी गल बहुत बार कही जा चुकी है पर इन्होंने सुनी नहीं जिहड़े सियासतदान इत्थे बैठे हैगे। मैं इस करके इन्हां तों चर्चा शुरू करूँगा। डॉक्टर तारा सिंह संधु जी, तुसीं पिछली सरकार ते वार वार इल्जाम लगाए जी, ਤੁਸੀਂ ਸਵਾ ਸਾਲ ਡੇਢ ਸਾਲ ਦੇ ਵਿੱਚ ਕਿਹੜੀ ਪੂਣੀ ਕੱਤ ਲਈ ਜੀ ਦਾ ਜਵਾਬ ਦਿਓ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਇਹ ਗੋਲੀ ਚੱਲੀ, ਦੋ ਕੰਮ ਕੀਤੇ ਅਕਾਲੀ ਭਾਜਪਾ ਸਰਕਾਰ ਨੇ। ਇੱਕ ਤਾਂ ਕੁਛ ਥੋੜ੍ਹਾ ਜਿਹਾ ਦੇ ਦਿੱਤਾ CBI ਨੂੰ, ਅਤੇ ਇੱਕ ਬਣਾਤਾ ਜਸਟਿਸ ਜੋਰਾ ਸਿੰਘ ਕਮਿਸ਼ਨ, ਜਿਸ ਨੇ 3 ਮਹੀਨੇ ਤੱਕ ਕੰਮ ਸ਼ੁਰੂ ਹੀ ਨਹੀਂ ਕੀਤਾ। ਜਦੋਂ ਉਹਨੂੰ ਐਕਸਟੈਂਸ਼ਨ ਦਿੱਤੀ ਉਹਨੇ ਕੰਮ ਸ਼ੁਰੂ ਕੀਤਾ। ਤਾਰਾ ਸਿੰਘ ਨੂੰ ਮਾਫ ਕਰਨਾ, ਹਾਂਜੀ ਇਹ ਤੁਹਾਡੀ ਸਟੇਟਮੈਂਟ ਬਹੁਤ ਪੁਰਾਣੀ ਹੋ ਚੁੱਕੀ ਹੈ। ਨਹੀਂ ਮੈਨੂੰ, ਮੈਂ ਬੜਾ ਸਿੱਧਾ ਸਵਾਲ ਕਰ ਰਿਹਾ ਤਾਰਾ ਸਿੰਘ, ਤੁਸੀਂ ਕੀ ਕੀਤਾ? ਮੈਂ ਉਹ ਸਰਕਾਰ ਤੋਂ ਪੁੱਛ ਲੂੰਗਾ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਜੇ ਕੀਤਾ ਹੁੰਦਾ ਤੇ ਅੱਜ ਤੱਕ ਸਾਨੂੰ ਬਹਿਸ ਨਾ ਕਰਨੀ ਪੈਂਦੀ। ਮੈਂ ਤਾਂ ਕਹਿੰਦਾ ਕਿਉਂਕਿ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਤਾਂ ਜੀ ਉਹ ਪਾੜ ਕੇ ਸਿੱਟਤੀ ਰਿਪੋਰਟ, ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਥਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਕਿਉਂ ਬਿਠਾਉਣਾ ਪਿਆ, ਪਹਿਲਾਂ ਇਹ ਗੱਲ ਦਾ ਸਮਝਣਾ ਜ਼ਰੂਰੀ ਆ। ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕੀ ਦਿੱਤਾ ਕੱਢ ਕੇ, ਜਿਹੜਾ ਜੋਰਾ ਸਿੰਘ ਕਮਿਸ਼ਨ ਦੁਹਾਈ ਪਾਉਂਦਾ ਮਰ ਗਿਆ ਕਿ ਮੈਨੂੰ 8 ਜ਼ਿਲ੍ਹਿਆਂ ਦੀ ਪੁਲਿਸ ਨੇ ਕੋਈ ਕੋਆਪਰੇਟ ਨਹੀਂ ਕੀਤਾ, ਉਹਦੇ ਮੁਕਾਬਲੇ 'ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ 3-4 ਚੀਜ਼ਾਂ ਲਿਆਂਦੀਆਂ। ਇੱਕ ਤਾਂ ਬੰਦਿਆਂ ਨੂੰ ਨਾਮਜ਼ਦ ਕੀਤਾ ਕਿ ਅਣਪਛਾਤੇ ਨਹੀਂ ਗਏ। ਨੰਬਰ 2 'ਤੇ ਕਿ ਗੋਲੀਆਂ ਚੱਲੀਆਂ ਉੱਥੇ ਅਤੇ ਪੁਲਿਸ ਦੁਆਰਾ ਚਲਾਈਆਂ ਗਈਆਂ। 2, ਤੀਸਰਾ ਉਹਨਾਂ ਨੇ ਲਿਆਂਦਾ ਕਿ ਵੀ ਇਹ ਜਿਹੜੀ ਹੈ ਸਿਰਸੇ ਵਾਲਿਆਂ ਵੱਲ ਨੂੰ ਜਾਂਦੀ ਹੈ, ਜਦੋਂ ਕਿ ਅਕਾਲੀ ਭਾਜਪਾ ਸਰਕਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਬਾਅਦ ਪੰਜਾਬ ਦੇ ਗਵਰਨਰ ਨੂੰ ਮੈਮੋਰੈਂਡਮ ਦਿੰਦੀ ਹੈ ਕਿ ਇਹਦੇ ਪਿੱਛੇ ਵਿਦੇਸ਼ੀ ਹੱਥ ਹੈ। ਇਹ ਸਾਰੀਆਂ ਜਿਹੜੀਆਂ ਬੇਅਦਬੀਆਂ ਦੇ ਵਿੱਚ ਆਖਰੀ ਪਹਿਰੇ ਦੀ ਗੱਲ ਕਰ ਰਹੇ ਹਾਂ। ਹਾਂ, ਤੇ ਇਸ ਕਰਕੇ ਮੈਂ ਸਮਝਦਾ ਕਿ ਇਹਨਾਂ ਨੇ ਜਿਹੜੇ 4 ਨਾਮਜ਼ਦ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਉਹ ਵੀ ਠੀਕ ਹੈ, CBI ਨੂੰ ਵੀ ਦਿੱਤਾ ਗਿਆ ਉਹ ਵੀ ਦਰੁਸਤ ਹੈ, ਔਰ ਨੰਬਰ 3 ਜਿਹੜਾ ਹੈਗਾ ਸਭ ਤੋਂ ਵੱਡੀ ਗੱਲ ਕਿ ਪੰਜਾਬ ਦੀ ਅਸੈਂਬਲੀ ਜਿੱਥੇ ਪੰਜਾਬ ਦੇ ਅਲੱਗ ਅਲੱਗ ਪਾਰਟੀਆਂ ਦੇ ਨੁਮਾਇੰਦੇ ਹੈ ਉਸ ਪਵਿੱਤਰ ਸਦਨ ਦੇ ਵਿੱਚ ਵੀ ਇਸ ਰਿਪੋਰਟ ਰੱਖਣ ਦਾ ਫੈਸਲਾ। ਆਪਣੀ ਗੱਲ ਕਹਿ ਲਈ ਨਾ ਜੀ, ਡਾਕਟਰ ਸੰਧੂ ਪੁਲਿਸ ਵਾਲਿਆਂ ਨੇ ਆਪਦੇ ਆਪ ਗੋਲੀ ਚਲਾਤੀ ਉੱਥੇ? ਨਹੀਂ, ਬਿਲਕੁਲ ਹੁਕਮ। ਕਿੰਨੇ ਹੁਕਮ ਦਿੱਤਾ? ਜਿਹੜਾ ਇੱਕ ਤਾਂ ਉੱਥੇ ਫਿਜ਼ੀਕਲੀ ਹਾਜ਼ਰ ਸੀ ਉਹਦੇ ਇੱਕ ਤਾਂ ਚਰਨਜੀਤ ਸ਼ਰਮਾ SSP ਮੋਗਾ, ਉਹਦੇ ਨਾਲ SP ਜਿਹੜੇ 4 ਨਾਮਜ਼ਦ ਕੀਤੇ ਇਹ ਤਾਂ ਫਿਜ਼ੀਕਲੀ ਜਿਹੜੇ ਉੱਥੇ ਪ੍ਰੈਜੈਂਟ ਹੈ ਜਿਨ੍ਹਾਂ ਨੇ ਗੋਲੀਆਂ ਦਾ ਹੁਕਮ ਦਿੱਤਾ। ਪਰ ਇਹਦੇ ਬਿਹਾਈਂਡ ਦਾ ਸੀਨ DGP ਪੰਜਾਬ ਵੀ ਹੋਊਗਾ, ਪੰਜਾਬ ਦਾ ਮੁੱਖ ਮੰਤਰੀ ਵੀ ਹੋਊਗਾ, ਪੰਜਾਬ ਦਾ ਗ੍ਰਹਿ ਮੰਤਰੀ ਵੀ ਹੋਊਗਾ, ਉਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਅਸੈਂਬਲੀ 'ਚ ਆਉਣਗੀਆਂ। ਕੁਦਰਤੀ ਕਾਂਗਰਸ ਦੇ ਬੁਲਾਰੇ ਗੱਲ ਕਹਿ ਰਹੇ ਹੋਊਗਾ, ਇਹ ਕਾਂਗਰਸ ਦੇ ਬੁਲਾਰੇ ਨੂੰ ਇਹ ਪਤਾ ਵੀ ਹੋ ਸਕਦਾ ਉਹਨਾਂ ਦਾ ਹੱਥ, ਤੇ ਕਾਂਗਰਸ ਦੇ ਬੁਲਾਰੇ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਉਹਨਾਂ ਤੇ FIR ਹੋਣੀ ਚਾਹੀਦੀ ਕਿ ਨਹੀਂ। ਫਿਰ ਚਾਹੀਦੀ ਆ, ਚਾਹੀਦੀ ਆ, ਪਰ ਜਿਹੜੀ ਇਹ CBI ਨੂੰ ਦਿੱਤਾ ਇਹ ਜਿਹੜੇ ਇਨਵਿਜ਼ੀਬਲ ਦਿਸਦੇ ਆ ਉਹ ਸਾਰਾ CBI ਨੂੰ ਤਾਂ ਹੀ ਦਿੱਤਾ। ਤੁਹਾਨੂੰ ਆਦੀ ਪੰਜਾਬ ਪੁਲਿਸ ਤੇ ਵਿਸ਼ਵਾਸ ਨਹੀਂ ਹੈਗਾ ਇਸਦਾ ਮਤਲਬ? ਨਹੀਂ ਨਹੀਂ, ਵਿਸ਼ਵਾਸ ਨਹੀਂ, ਪੰਜਾਬ ਪੁਲਿਸ ਨੇ ਕੱਢਿਆ। ਇਸ ਤੋਂ ਪਹਿਲਾਂ ਟਾਰਗੇਟ ਕਿਲਿੰਗ ਦੇ ਵਿੱਚ ਵੀ ਤਾਂ ਪੰਜਾਬ ਦੀ ਪੁਲਿਸ ਨੇ ਇਨਕੁਆਇਰੀ ਕਰਕੇ ਦਿੱਤੀ ਹੈ ਨੈਸ਼ਨਲ ਏਜੰਸੀ। ਸਾਰੇ ਸੰਧੂ ਇਹਨਾਂ ਨੇ ਵੀ ਕਿਹਾ ਸੀ ਅਣਪਛਾਤੇ ਪੁਲਿਸ ਵਾਲੇ ਆ, ਤੁਹਾਡੀ ਸਰਕਾਰ ਨੇ ਵੀ ਕਿਹਾ ਤਾਂ ਅਣਪਛਾਤੇ ਪੁਲਿਸ? ਨਹੀਂ ਨਹੀਂ, ਕੋਈ ਅਣਪਛਾਤੇ। ਫਿਰ ਕਿਹਨਾਂ ਤੇ ਕੇਸ ਦਰਜ ਹੋਇਆ ਕੋਟਪੁਰੇ? ਕਿਹਨਾਂ ਦਾ ਨਾਮ FIR ਵਿੱਚ ਸ਼ਾਮਲ ਕੀਤਾ ਗਿਆ? ਅਣਪਛਾਤੇ? ਉਹ ਅਣਪਛਾਤੇ ਹੋਣਗੇ, ਪਰ ਆ ਜਿਹੜਾ ਮੇਨ ਸੰਧੂ ਅੱਜ ਵੀ ਅਣਪਛਾਤੇ ਆ, ਮੇਨ ਜਿਹੜਾ ਟਾਰਗੇਟ ਹੈ ਉਹ ਬੰਦਿਆਂ ਨੂੰ ਦੂਜਾ ਸਾਹਮਣੇ ਉਹਨਾਂ ਦੇ 302 ਦਾ ਮੁਕੱਦਮਾ ਦਰਜ। ਸ਼ਸ਼ੀਕਾਂਤ ਜੀ, ਤੁਸੀਂ ਪੁਲਿਸ ਦੇ ਵਿੱਚ ਬਹੁਤ ਲੰਮਾ ਸਮਾਂ ਕੰਮ ਕੀਤਾ, ਮੈਂ ਸਿਆਸਤ ਕੋਲੇ ਬਾਅਦ ਚਾਹੂੰਗਾ ਹੁਣ। ਡਾਕਟਰ ਤਾਰਾ ਸੰਧੂ ਕਾਂਗਰਸ ਦੇ ਬਹੁਤ ਜ਼ਿੰਮੇਵਾਰ ਸਪੋਕਸਪਰਸਨ ਹੈ। ਸ਼ਸ਼ੀਕਾਂਤ ਜੀ, ਪੁਲਿਸ ਅਣਪਛਾਤੀ ਹੁੰਦੀ ਹੈ? ਪੁਲਿਸ ਅਣਪਛਾਤੀ ਨਹੀਂ ਹੁੰਦੀ ਹੈਗੀ ਹੈ, ਪਰ ਪ੍ਰੋਬਲਮ ਇਹ ਹੈਗੀ ਹੈ, ਮੈਂ ਗੱਲ ਕਰ ਰਿਹਾ ਹਾਂ ਜਸਟਿਸ ਕਾਰਜੂ ਕਮਿਸ਼ਨ ਦੀ ਜਿੱਥੇ ਗਏ ਸੀ, ਸੁਖਰਾਜ ਇੱਥੇ ਮੌਜੂਦ ਹੈਗੇ ਨੇ, ਇਹਨਾਂ ਨੂੰ ਪਤਾ ਹੈਗਾ ਹੈ।
उस वेले लगातार उथे एक डर का माहौल सी। इन्हां नूं पता हैगा, इन्हां नूं भी डराया गया सी उस वेले कि पुलिस तो कमिशन नूं तुसी अपने कोई स्टेटमेंट्स ना रिकॉर्ड कराओ। जिहड़े पुलिस वाले मौजूद सन उन्हां नूं भी बार बार असी लिखिया सी, कोई नहीं आया। कदे भी पुलिस दे विच मैं करीब ऑलमोस्ट 4 decades नौकरी कर चुकिया हैगा, कदे भी पुलिस दी नौकरी दे विच किसे दी इन्नी जरूरत नहीं हुंदी है बदकिस्मती नाल कि वह लाठीचार्ज का भी हुक्म दे दे। इत्थे तो गोलियां चलन का सवाल सी, और गोलियां भी उत्थों जिहड़े कि उत्थे पुराने की कहिंदे हैगे ने शेल्टर्स बने हुए सन, कंधां सन, उहदे पिछे छुप के जिहड़ी गोलियां उत्थे चलाईयां गईयां हैगियां ने। सो यस, रिस्पोंस बहुत हैगे ने। और इहदे नाल ही मैं कहांगा, अनफॉर्चुनेटली मेरा सरकारी कमिश्नर दे उत्ते कोई विश्वास नहीं हैगा। सरकारी कमिश्नर दे विच हुंदा हैगा सिर्फ राजनीति, किंतु परंतु जिस पुराने जमाने च PUCL हुंदी सी उसे करके एक कमिशन बनया सी जस्टिस कारजू दा, कि जेडे भी तत हैगे ने कि कौन कोऑपरेट कर रहा है कौन नहीं कर रहा है, की नकाबत हैगे ने। मेरा सवाल बड़ा सीधा, मेरा सवाल बड़ा सीधा शशि कांत जी, जे पहला वाली सरकार भी अनपछाती कह रही सी पुलिस नु, ते हुण वाली सरकार भी ये गल कह रही है कि एक एक केस नु छड़ दित्ता जावे, कोटपुरे दी गल कीती जावे, जे अनपछाती ये भी सरकार कह रही है ते फिर की कर लिया दोनों सरकार? मैं तो तुहानू कह चुक्या हैगा सरकारी कमिश्नर ते सरकारां ते मेरा कोई विश्वास नहीं हैगा। इहदा मतलब जो अकाली दल कह रहा है ठीक कह रहा है, जो अकाली दल कह रहे हैं या कांग्रेस कह रहे हैं, कांग्रेस ही पहले ही कहती सी, हुण अकाली कह रहे हैं। अनफॉर्चुनेटली हर घटना से, और वह भी इस तरह की घटना जिहड़ी कि सीधी है, चोट हैगी है समाज के उत्ते, धर्म के उत्ते, उत्ते भी जिहड़ा हैगा सारी राजनीति हो रही है, तो ज्यादा कोई बड़ी कोई शर्म दी गल नहीं हो सकती। ठीक है सुखराज सिंह, सुखराज सिंह मैं ब्रेक ते जाण तों पहिलां एक सवाल तुहाडे जरूर लैणा चाहुंदा। तुहानूं वी लगदा इस पूरे मामले ते सियासत हो रही है, इंसाफ नहीं मिलेगा? जी बिल्कुल, सियासत इस तरह हो रही है। देखो कांग्रेस ने हुण अपना जस्टिस कमिशन बिठाया, उहदे विच उन्होंने बाय नेम जिहड़े परचे कीते आ, उन्हां दे कमिशन बिठाउण दे बावजूद बाय नेम आ जिहड़े उन्होंने ऑफिसर जिहड़े उन्हां दे नाम नामजद करते आ उन्हां दे उत्ते CBI लाई, इहदा की कारण? केस नूं लमकाउणा। अज सानूं न्याय अज मिलदी आस है ना, ना ना सानूं न्याय कल मिलदी आस है, क्योंकि जे CBI दी जांच अपने ही कमिशन ते लाई जा सकदी है तो सीधा ते साफ स्पष्ट करदी आ कि केस आ जिहड़ा अगे लमकाया जा रिहा। दोषी करार दिते सलाखां पिछे सिटन की बजाय बाहर रहने का लंबा समा दिता जा रहा है CBI ला के। एक छोटा ब्रेक लेने, ब्रेक तो वापस आवेंगे। सवाल बहुत सारे है, तो यह सवाल पूछे लाजमी है बैबल कला गोलीकांड किसने दिता हुक्म, क्योंकि हुक्म तो देने वाला सी कोई, हुक्म जे किसी ने दिता है तो उस हुक्म देने वाले का नाम कित्थे है? कि जस्सी रणजीत सिंह कमिशन की रिपोर्ट में एक गल की गई है कि रिपोर्ट है जिहड़े उनके तत्थ हौली हौली बाहर आ रहे हैं, पर सवाल यह है जिहड़े तत्थ बाहर आ रहे हैं उनके विच यह कहा जा रहा है वे CMO है जिहड़ा वह फरीदकोट पुलिस अफसर कंटैक्ट वे सी, प्रशासन का कंटैक्ट वे सीगा। सवाल यह है जो CMO है उनके उत्ते ड्यूटी है कि वह तो गलबात करेगा, पर यह कौन दसेगा गलबात की कीती गई, किसने हुक्म दिता, की हुक्म दिता गया सीगा? सवाल यह है क्या गलबात है वह कला खुलासा नहीं है। मेरे तो वापस आ रहे हैं कि बैबल कला गोलीकांड में कली खाकी कसूरवार है, इस सवाल से अं चर्चा कर रहे हैं। खास पैनल साडा मौजूद हैगा सुखबीर सिंह बाजवा सीनियर पत्रकार, ये भी साडे नाल इत्थे पहुँच के ने। बाजवा साहब तुहाडा बहुत स्वागत है। धारनी साहब सवाल यह हैगा कि जो तुसी कहिंदे सीगे वो हुण वाली सरकार भी कह रही है, पर तुसी इस कमिशन नूं खारिज कर रहे हो, जे वाकई तुहानूं लगता है कि यह कमिशन कांग्रेस की कमिशन है, तुसी गल कहिंदे हो ना वार वार कांग्रेस की कमिशन है, तुसी एक बार सारी चीज़ें अगे रख दो ना, तुहाडे लीडर ने गल कह रहे हो साडे कोल सबूत है कमिशन ने किन्हां कोल बह के रिपोर्टां बनाईआं, दसो ना फिर जनता नूं क्यों नहीं दसदे? देखो यह अज दसण की गल नहीं हैगी, बहुत कुछ जिहड़ा हैगा साढ़े प्रेस दे विच भी बार बार आ चुके हैं कि जस्टिस रणजीत सिंह कौन हैगे आ, उन्हां दे नाल की रिलेशन हैगे आ, बार बार इसे गल ते आपां रिपीट करते रहिए। देखो सवाल यह हैगा कि अज की जिहड़ी चर्चा हैगी आ उहदे विच इह मतलब मेन मैटर यह आ रहा है और उस इशू नूं किवें मतलब जिहड़ा हैगा बनाया जा रहा है। एक जस्टिस रणजीत सिंह की जिहड़ी रिपोर्ट हैगी उहदा हवाला दे के कि उहदे विच उन्हां ने कहा कि रात नूं 13-14 की रात नूं जिहड़ा हैगा अपने जिहड़े चीफ मिनिस्टर साहब हैगे आ उन्हां दा और जिहड़े हैगे DGP उस मौके दे उन्हां दे विच जिहड़ी और अमनतार बराड़ की गल की गई है उन्हां दे विच की मतलब जिहड़ा हैगा टैलीफोन नूं दे रहे उस दे विच कन्वर्सेशन की हुई है की नहीं हुई। देखो एक गल इस जिहड़ी हैगी है कमिशन की रिपोर्ट ते ये आई है कि बादल साहब उस टाइम भी वरिड सी
और इस गल लई उन्हां दे सारी जिहड़ा घटना कर्म हैगा उहदे ते उह सुचेत सी और निगाह रखी हुई सी। पर यह गल कह देना, एक मिनट धारनी साहब, बादल साहब ने नजर रखी हुई सी, बादल साहब ने हुक्म करता फिर? नहीं नहीं बिल्कुल नहीं, गलत गल है। ये देखो एक सिंपल टेलीफोन करना और टेलीफोन देखो जड़ी कमिशन दी रिपोर्ट है, पुलिस वाले ने आप ही करता, देखो पुलिस वाले ने कार्रवाई आप ही की है। मैं देखो नहीं नहीं धारनी साहब, बड़ा गलत सवाल धारनी साहब, तुसी एक वकील हो, कान जी ये गल कह रहे हो, धारनी साहब तुसी एक वकील हो, वकीलों दे नाते तुहानू भी पता है पुलिस किस तरीके नाल कार्रवाई करदी है, तुहाडे कोल रोजाना इन्ने केस होंदे है, धारनी साहब पुलिस अपने आप कार्रवाई कर दूगी। देखो मैं तुहानू यही गल करन रहे हां कि शशि कांत जी ने एक गल कही है कि सड़क कंधा के ओले खड़ के गोलियां चलाईया गई, अणपछाते बंद वालों गोलियां चलाई गई, असि इस इशू ते नहीं जाते, असि इस बिल्कुल जेड़ा दोषी है खिलाफ कार्रवाई होनी चाहिए है, उन्हें सजा मिलनी चाहिए। तारी साहब पंजाब में जंगल राज सीगा, पुलिस ने आदेव कार्रवाई करती, उन्होंने किसी ने तो हुक्म दिया होगा, मेरी पुलिस पेन नहीं चला सकती, मारी ना गोलियां चला दी जो थे, जेड़ा ए कमीशन दी जेड़ी रिपोर्ट हैगी है, ये जानबूझ के जेड़ा हैगा इस गल नु जेड़ा इस तरह दी अफवाह फैला रही है। और नंबर दो, असी इस कमीशन नु पहली गल कमीशन नु छड्डो जी, मैं कमीशन नु पासे करना मुझे डर नहीं, मैं तुहानू पुछदा एक अकाली दल दे लीडर होने के नाते, अकाली दल दे आगू होने के नाते, पुलिस नु हुक्म किसने दिता? बिल्कुल बिल्कुल ये गलत गल हैगी है, जेड़ी शशि कांत जी ने भी यह गल कही है, सब तो पहले कमिशन दे विच यही गए सी जिहड़ा लोकम कमिशन सी, इन्हां दी रिपोर्ट यह आई कि कंधा दे ओले तो लुके लोगों ने गोलियां चलाई गई, नहीं गोलियां चलाई गई, पुलिस ने चलाई या खाकी वर्दी दे विच किने चलाई या किसने चलाई, इहदे बारे रिपोर्ट आउगी क्लियर। तारनी साहब, तारनी साहब, तारनी साहब, हां जी, जे तुहानू 11 बंदे तां दिख गए फटाफट वीडियो दे विच जिन्होंने उत्थे कहिंदे पुलिस ते हमला करता जी, हुल्ला गुल्ला करता, तुहानू पुलिस वाले नहीं पता लगे जिन्होंने गोली चलाई है? मैं हैरान हां तुहाडे इस आर्गूमेंट ते हैरान हां। देखो देखो नहीं चरणजीत शर्मे नूं इन्हां ने सस्पेंड कीता, बाद च बहाल कीता, ओही गल है, क्यों सस्पेंड कीता? सस्पेंड करन तों बाद च उहनूं फॉरन दे टूर लवाए जा रहे आ। देखो जिहड़े उहदे विच कल्परेट सी उहनां नूं सस्पेंड भी कीता गया, उहनां दे खिलाफ कार्रवाइयां भी कीतियां गईयां, उहनां दे खिलाफ कमिशन भी बिठाया गया, कमिशन दी रिपोर्ट जिहड़ी आई उसनू नशर किसे ने नहीं कीता और आउन नहीं दिता, जदों तक कमिशन दी रिपोर्ट आई उदों तक जिहड़ा हैगा नवां कमिशन बना दिता गया, ते यानी कि नाकाम गया कमिशन, पर सरकार दी पुराने कमिशन दी रिपोर्ट सर की लिखा सी, रिपोर्ट ही नहीं उत्ते कोई पुलिस वाला नाम जद नहीं सीगा, जोरा उहदे असीं जोरा ते कमिशन दी तुसीं करनी सी, ओ असीं तो करनी सी, तुसीं नवां कमिशन बना के रख दिता, सारे तुसीं ते भाई चलो बस एही एही कुछ करदे पए आपां, सब मिनट तुसीं पुतार संधवा, एक मिनट आ रहा सुवीर बाजा, पुतार संधवा उस पूरी इस रिपोर्ट दे विच की निकल के आएगा वखरा विशा हैगा, सवाल यह हैगा जिन्हों पंथ है जड़ा गुरु मानता हैगा लिविंग गुरु असी जिन्हों कहने हैगे आ, उस मामले दे विच अज तक असी इंसाफ नहीं दवा सके, फिर असी अगे करना की है? देखो जी पहली गल तो ये जिहड़ा सच्चे पातशाह धन धन श्री गुरु ग्रंथ साहिब महाराज जी की बेअदबी का मसला, इहदा दर्द कल्ला सिख पंथ नूं नहीं, सारयां नूं, सारी इंसानियत नूं है, सारयां दे सांझे गुरु गुरु ग्रंथ साहिब महाराज, और जिहड़ा इंसाफ है वह लैके रहांगे, ठीक है देर हो सकती है, पंजाब दे लोकां नूं उम्मीद सी कैप्टन अमरिंदर सिंह दे पुराने रिकॉर्ड तो कि यह जिहड़ा इंसाफ वाले पासे कदम चक्कणगे, लेकिन जिहड़े हिसाब नाल अज कोटकपुरे भी अणपछाती पुलिस आ गई एफ आई आर दे विच, यह लगता भी उही जिहड़ा सिस्टम जिहड़ा अकाली दल वेले डंग टपाऊ सी, और इहनू सीधा तो सीधा सिर्फ तो सिर्फ इलैक्शन नाल जोड़ के वेख्या जा रहा, यह सब तो मंदभाग है। ਇਲੈਕਸ਼ਨ ਅੱਗੇ ਜੋੜ ਕੇ ਦੇਖਿਆ ਜਾ ਰਿਹਾ, ਜਦੋਂ ਇਲੈਕਸ਼ਨ ਹੁਣ ਇਲੈਕਸ਼ਨ ਅੱਗੇ ਪਾਰਲੀਮੈਂਟ ਦਾ ਨੇੜੇ ਆ ਗਿਆ ਨਾ 2019 ਸਿਰਫ ਉਹਦੇ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ, ਸਿਰਫ ਉਹਦੇ ਵਾਸਤੇ ਹਵਾ ਬਣਾਈ ਜਾ ਰਹੀ ਆ, ਆ ਦੇਖੋ ਕੱਖ ਵੀ ਨਹੀਂ ਕੀਤਾ, ਅਖਬਾਰਾਂ ਦੇ ਵਿੱਚ ਖਬਰਾਂ ਪਲਾਂਟ ਕਰਾਤੀਆਂ ਵੀ ਸੀਐਮ ਨੇ ਐਮਐਲਏ ਮਨਤਾਰ ਸਿੰਘ ਬਰਾੜ ਨਾਲ ਗੱਲ ਕੀਤੀ, ਉਹਨੇ ਡੀਜੀਪੀ ਨਾਲ ਗੱਲ ਕੀਤੀ, ਉਹ ਗੱਲ ਕੀਤੀ ਤਾਂ ਉਹ ਇਹ ਤਾਂ ਗੱਲ ਸਿੱਧੀ ਗੱਲ ਹੈ, ਜਦੋਂ ਗੰਡਾਸੇ ਨਾਲ ਕਿਸੇ ਦਾ ਕਤਲ ਹੁੰਦਾ ਉਹ ਪਰਚਾ ਗੰਡਾਸੇ ਤੇ ਕੱਲਾ ਨਹੀਂ ਹੁੰਦਾ, ਗੰਡਾਸਾ ਦਾ ਕੇਸ ਪ੍ਰਾਪਰਟੀ ਆ, ਉਹ ਮਾਰਨ ਵਾਲਾ ਦੋਸ਼ੀ ਹੁੰਦਾ, ਉਹਦੇ ਸੀਐਮ ਦੋਸ਼ੀ ਹੁੰਦੇ, ਐਮਐਲਏ ਦੋਸ਼ੀ, ਉਹ ਡੀਜੀਪੀ ਦੋਸ਼ੀ। ਕੁਲਤਾਰ ਸੰਧਵਾ ਮੈਨੂੰ ਇਹ ਸਵਾਲ ਹੈਗਾ, ਤੁਸੀਂ ਕਹ ਰਹੇ ਅਖਬਾਰਾਂ 'ਚ ਖਬਰਾਂ ਪਲਾਂਟ ਕਰਾਤੀਆਂ, ਇਹ ਕਿਸ ਵਿਹਾਰ 'ਤੇ ਤੁਸੀਂ ਗੱਲ ਕਹਿ ਰਹੇ ਹੋ? ਮਾਹੌਲ ਬਣਾਉਣ ਲਈ, ਹਾਂ, ਕਿਉਂਕਿ ਖਬਰਾਂ ਪਲਾਂਟ ਹੋ ਜਾਂਦੀਆਂ, ਉਸ ਖਬਰ ਦਾ ਬਿਲਕੁਲ ਹੁੰਦੀਆਂ ਜੀ, ਤੁਹਾਡੇ ਸਾਹਮਣੇ ਆ, ਕੋਈ ਹੋਇਆ ਹੀ ਨਹੀਂ ਉੱਥੇ, ਇਹ ਖਬਰ ਦਿੱਤੀ ਉਹਦੇ ਵਿੱਚ। ਮੈਂ ਐਸਐਸਪੀ ਸਾਹਿਬ ਨੂੰ ਅੱਜ ਫੋਨ ਕੀਤਾ, ਮੈਂ ਉਹਨਾਂ ਨੂੰ ਪੁੱਛਿਆ ਐਸਐਸਪੀ ਸਾਹਿਬ ਨੂੰ, ਮੈਂ ਕਿਹਾ ਜੀ ਆ ਕਿਸੇ ਐਮਐਲਏ ਤੇ ਕੋਈ ਪਰਚਾ ਦਰਜ ਹੁਣ ਜਾ ਰਿਹਾ, ਉਹਨਾਂ ਨੂੰ ਨਾਮਜ਼ਦ ਕੀਤਾ ਕਿਸੇ ਹੋਮ ਮਿਨਿਸਟਰ ਨੂੰ? ਕਹਿੰਦੇ ਬਿਲਕੁਲ ਨਹੀਂ, ਠੀਕ ਨਹੀਂ, ਕਹਿੰਦੇ ਤਾਂ ਸੀਬੀਆਈ ਕੋਲੇ ਕੇਸ ਹੈ। ਠੀਕ ਹੈ ਸੁਵੀਰ ਬਾਜਵਾ, ਮੀਡੀਆ ਰਿਪੋਰਟਿੰਗ ਕਰ ਰਿਹਾ, ਮੀਡੀਆ ਤੇ ਵੀ ਸਵਾਲ ਹੈਗੇ। ਦੇਖੋ ਮੀਡੀਆ ਨੇ ਆਪਣੀ ਬਾਖੂਬੀ ਨਾਲ ਜ਼ਿੰਮੇਵਾਰੀ ਨਿਭਾਈ, ਜੋ ਮੌਕੇ ਤੇ ਘਟਨਾ ਵਾਪਰੀ, ਘੱਟੋ ਘੱਟ 150 ਪੁਲਿਸ ਅਫਸਰ ਹੋਏਗਾ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਮੰਗਾਇਆ ਹੋਏਗਾ ਆ ਕੇ, ਇਹ
जो पुलिस अफसर मौजूद है वह भी ऑफ द रिकॉर्ड कहें जो साढ़े गल आई तो बड़ा कुछ बोलने तैयार भी है। गल सर ये जी 129-130 नंबर एफ आई दर्ज हुई 130 नंबर जी एफ आई खास तौर पर बाजेखाने और देखो कि जो हूँ 300-234 अलग अलग चलो धरावान चार नामजद करता गया पूरी तफतीश चलिया नामजद करता कि उत्थे मौजूद सी भूमिका सीधा करके अज तक जेडे भगवान सिंह हनी तो एक कृष्ण भगवान हनी तो एक गुरजीत उन्होंने दोनों गोलियां लगियां उन्होंने गोलियां जड़ियाँ लगियां अज तक जी उस लगी है जी अपना 7.62 की वह एम एम की लगी एस आर आर उस बॉडी कटी है टैंपरिंग होया अज तक अज तक टैंपरिंग हुई टैंपरिंग बाद पहला पंजाब सी एफ एस एल ने कहा 1.5 महीने 2.5 महीने थाने बाजीखाने पे रही 5 मुलाजम रख रखे 2 च लेडी कॉन्सटेबल सीगियां एक हैड कॉन्सटेबल सी रखने वास्ते उस तो बाद उन्होंने रिपोर्ट दी भी ये हमारी गोली चो पता नहीं चल रहा की कर रहे हैं जो भी है लेकिन जो सी एफ एस एल पंजाब में जाती है गवर्नमेंट ऑफ इंडिया वो कहती टैंपरिंग हुई है क्लीयर कट लिखे उन्हें आके कि अफसर दोषी है उन्हें खिलाफ कार्रवाई होनी चाहिए है। अज तक चार नामजद करता पांच चार जो गनमैन उन्होंने करता है एक मुंडा लाडोवाल का जो हरपाल एस एच ओ का तफतीश भूमिका जाँच करो लेकिन दो बंदियां दी जिहड़ी बेगुनाह लोगों की मौत हुई जिस गोली नाल अज तक ताड़ियां 40 रफलों के हूँ तक एस आर जो लभे नहीं भी गोली चलाई किन्नी है मैं कहना अज तक उन्होंने गोली चलाने वाले का किसी तो पता भी नहीं चल पाया चलाई किन्नी है हूँ ये जो पांच बंदे चार है गनमैन की गल करें उन्होंने रेफरेंस जांच हो चुकी है तुम इन जिदे पिछे सारा घटनाक्रम वापरी है गर्मा गर्मी हो रही है अज तक तफतीश दौरान भी हूँ भी एट प्रेजेंट भी हूँ तक दो बंदे जो मरे ने किसकी गोली चले हूँ तक नहीं पता चल सकिया तो जो चार नामजद किए ने उन्होंने किमें सज़ा मिल जाएगी आके जो तो अपन गोली ही नहीं पता चली आप जिन्हें वकील साहब कोल बैठे है जब तक आप साबित नहीं करते कि इन्हें गोली मारी सबूत नहीं आएंगे कितों कर लोग आके देखो टैंपरिंग जी टैंपरिंग की है जी टैंपरिंग की इस ढंग ने की आके एक होंगे एक अचानक डिगनी एक कसा के रखनी है आ रिपोर्ट पी मेरे को क्लीयर कट लिखी है जी कि इन्होंने आप किया लिखा है कि भी किमें टैंपरिंग करके उन्होंने किया गया जिसे दसना बहुत मुश्किल है और खास तौर पर एक खुद रणजीत सिंह कमीशन कह रहा एडिशनल होम सैकटरी कह रहा थ्रू डी जी पी और कहता 1 अक्टूबर 2017 की गल है जो लिख के भेजा भी भाई पता करो जोड़े दोषी अफसर ने टैंपरिंग करने वाले उन्होंने खिलाफ कार्रवाई होनी चाहिए है हूँ तक क्यों नहीं हुई मैं तो इसलिए हैरान हो रहा क्योंकि जो मौत जिन्हें बेचारे ने बेगुनाह लोग मारे गए दो जवान मुंडे जो मर गए लेकिन उन्होंने बंद बारे अज तक पता नहीं है दोषी कौन है नंबर वन नंबर टू जो 150 मुलाजम हूँ जिन्होंने हूँ देखो कुछ चीज़ा स्टोरिया जो तो बंदा काम करता कि स्टोरी होता गलत भी हो ठीक हो जाए लेकिन जेडे हूँ आप बाद चो हूँ रिटायर होने तो बाद कुछ अफसर जेडे इनवॉल्वमेंट है ज इनडायरैक्ट वे डायरैक्ट वे है हूँ वो अपन बयानबाजिया चीज़ों टेस्ट कर रहे आके सीएम नु किया नहीं किया डी जी पी नु किया नहीं किया लेकिन सारी गल है जे जेडे दो नौजवान है उन्होंने इंसाफ चाहिए परिवार को कि गोली किने मारी ठीक है। सुखराज सिंह जी तुम कमिश्नर को गए सी जां कमिश्नर ने तुहानू बुलाया सीगा कि कमिश्नर को गए तुसी की गल हुई जी मैं सब तो पहला जिहड़ा सब तो पहला कमिश्नर से इत्थे मारकंडे जस्टिस मारकंडे कार्टूज सब तो पहला वो कमिश्नर बनया सीगा उन्हां वो साडे कोले आए उन्होंने पहुँच की उन्होंने साड़ी गलबात हुई जी उन्होंने उन्हें सारे साडे बयान ले इतों तक कि पुलिस ने उस टाइम तो एक अपने वालों एक एप्लीकेशन तैयार कर चुके थे जिदे उन्होंने लिखा सी भी एक जाने अणजाने गोली चली सी असी हमदर्दी प्रगटाने साड़ी परिवार की सहमति लेना चाहते सी उस सहन भालते साडे परिवार के भी एक तुसी एक केस बंद करन की गल करते हैं आपां तुहाडी सहमति लेने ये जाने जाने गोली चल गई किसी का कोई कसूर नहीं है सानू बहुत हमदर्दी है तुहाडे नाल किन्ने एप्लीकेशन लिखी सी एक पुलिस विभाग वालों सी साडे सिर्फ सिग्नेचर मंगदे साडे परिवार कौन लैके आए चिट्ठी तुहाडे कोले शायद उस टाइम तो मैं नहीं सीगा साडे कोले गल पहुंची सी ते मेरे ग्रैंडफादर नूं लै गए सीगे कचहरी दे विच उन्हां दे सैन मंगदे सी पर असीं उस टाइम तो मौजूदा साडे डीसी सीगे जग्गी जी मलविंदर जग्गी जी सी उन्हां दे नाल ते सुखविंदर मान एस एस पी सी वो सानू लैके गए सी उस टाइम ते जिहड़ी साडी गल उस तों बाद समझौता कर लो हाँ जी ते उस तों बाद जस जोरा सिंह कमिश्नर बनिया जोरा सिंह कमिश्नर साडे तक कोई पहुंच नहीं हुई साडे तक कोई उन्हां दी गलबात नहीं हुई कोई उन्होंने साडे कोले आके नहीं पुछा भी तुहाडा परिवारक जी साडा इत्थों गया जिहदे करके कमिश्नर बैठा कोई साडे नाल उहदे कोई मेरे उस साडे परिवार दे कोई बयान नहीं होए जस जोरा सिंह कमिश्नर अगे तुहाडे परिवार दे कोई बयान नहीं कोई बयान नहीं होए जिहड़ा कारजू कमिश्नर सीगा लोक कमिश्नर उहदे अगे तुहाडे बयान होए जी उह सानू मिले उहनां नाल बयान होए उहनां ने गलबात साडी लिखी जिहड़ी सीगी पर जस जोरा सिंह ने कोई साड़ी गलबात नहीं लिखी कुछ टाइम बाद जी रिपोर्ट कढ़ दे उस भी उन्होंने रिपोर्ट में भी यही दसया जा रहा कि तनाव इदा का माहौल इदा का बन गया
ਪੁਲਿਸ ਨੂੰ ਮਜਬੂਰਨ ਗੋਲੀ ਚਲਾਉਣੀ ਪਈ ਤੇ ਸਾਨੂੰ ਜਿਹੜੀ ਉੱਥੇ ਪੈਸਿਆਂ ਦੀ ਮੰਗ ਕਰਕੇ ਚੁੱਪ ਕਰਨ ਲਈ ਕਿਹਾ ਜਾ ਰਿਹਾ ਸੀ। ਸਾਡੀ ਮੰਗ ਇਹ ਨਹੀਂ ਆ, ਸਾਡੀ ਮੰਗ ਇਹ ਸੀਗੀ ਸਾਨੂੰ ਪੈਸਿਆਂ ਦੀ ਲੋੜ ਨਹੀਂ, ਮੈਂ ਸ਼ਹੀਦੀਆਂ ਵੇਚਣ ਦੀ ਗੱਲ ਨਹੀਂ ਕਰ ਰਿਹਾ ਸੀ, ਮੈਂ ਆਪਣਾ ਬਾਪ ਆ ਜਿਹੜਾ ਉੱਥੇ ਕੌਮ ਦੇ ਲਈ ਲੇਖੇ ਲੱਗਿਆ ਸੀਗਾ ਉਹ ਵੇਚਿਆ ਨਹੀਂ ਸੀਗਾ, ਜਿੱਥੇ ਮੈਂ ਪੈਸਿਆਂ ਦੀ ਗੱਲ ਕਰਾਂ ਤੇ ਉੱਥੇ ਮੈਨੂੰ ਇਹ ਮੰਗ ਸੀਗੀ ਵੀ ਜਿਹੜੇ ਲੋਕ 200-300 ਬੰਦੇ ਵਿਟਨੈਸ ਉੱਥੇ ਆਪਣੇ ਬਿਆਨ ਦੇ ਰਹੇ ਆ ਉਹਨਾਂ ਨੇ ਬਾਏ ਨੇਮ ਦੱਸਿਆ ਹੋਇਆ ਸੀਗਾ ਕਿ ਚਰਨਜੀਤ ਸ਼ਰਮਾ, ਅਮਰਜੀਤ ਕਲਾਰ, ਦੋ ਤਿੰਨ ਹੋਰ ਨਾਮ ਸੀਗੇ, ਮੇਰੇ ਨਾਮ ਵਿਸਰ ਗਏ ਆ, ਉਹਨਾਂ ਦੇ ਸਨ ਬਿਆਨਾਂ ਦੇ ਵਿੱਚ ਸਨ, ਬਾਏ ਨੇਮ ਲੋਕਾਂ ਦੇ ਬਿਆਨਾਂ ਦੇ ਵਿੱਚ ਸਨ, ਉਹਨਾਂ ਨੇ ਇਸੇ ਕਾਰਵਾਈ ਦੀ ਮੰਗ ਕੀਤੀ ਸੀ। ਇਹ ਨਹੀਂ ਆ ਉਹਨਾਂ ਦੇ ਨਾਲ ਜਿਹੜੇ ਹੋਰ ਉਹਨਾਂ ਦੀ ਯੂਨਿਟ ਦੇ ਬੰਦੇ ਸੀ ਉਹਨਾਂ 'ਤੇ ਵੀ ਕਾਰਵਾਈ ਦੀ ਮੰਗ ਜਿਹੜੀ ਆ ਲੋਕਾਂ ਨੇ ਕੀਤੀ ਸੀ। ਬਾਏ ਨੇਮ ਇਹ 4-5 ਬੰਦਿਆਂ ਦੇ ਅਫਸਰਾਂ ਦੇ ਨਾਮ ਅਸੀਂ ਉਹਨਾਂ ਨੂੰ ਦਿੱਤੇ ਸੀ ਪਰ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਤੁਹਾਡੇ ਤੋਂ ਕੋਈ ਪੁੱਛਿਆ? ਜੀ, ਇਹਨਾਂ ਨੇ ਵੀ ਸਾਰੀ ਇਹਨਾਂ ਨੂੰ ਅਸੀਂ ਬਿਆਨ ਆਪਣੇ ਖੁੱਲ੍ਹ ਕੇ ਜਿਹੜੇ ਇਹਨਾਂ ਨੇ ਲਏ ਸਾਡੇ ਕੋਲ 3 ਦਿਨ ਉੱਥੇ ਫਰੀਦਕੋਟ ਰਹੇ ਆਏ, ਉਹਦੇ ਵਿੱਚ ਵੀ ਅਸੀਂ ਪਿੰਡ ਬਹਿਵਲ ਤੋਂ ਵੀ ਤਕਰੀਬਨ 200 ਬੰਦਿਆਂ ਦੇ ਬਿਆਨ ਆ, ਸਾਡੇ ਸਾਰੇ ਪਰਿਵਾਰ ਦੇ ਬਿਆਨ ਆ, ਮੇਰੇ ਵੀ ਬਿਆਨ ਹੋਏ ਨਾਲ, ਮੇਰੇ ਗ੍ਰੈਂਡਫਾਦਰ ਦੇ ਵੀ ਹੋਏ, ਦਾਦਾ ਜੀ ਦੇ ਵੀ ਹੋਏ ਆ, ਮੇਰੇ ਭਰਾ ਦੇ ਵੀ ਬਿਆਨ ਹੋਏ ਆ ਕਿਉਂਕਿ ਉਸ ਟਾਈਮ ਮੌਜੂਦ ਸਨ ਉੱਥੇ ਨਾਲ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਨਾਲ ਕੋਈ ਪੋਲੀਟੀਕਲ ਬੰਦਾ ਆਇਆ ਸੀ ਤੁਹਾਡੇ ਬਿਆਨ ਦਰਜ ਕਰਾਉਣ? ਨਹੀਂ ਜੀ, ਕੋਈ ਨਹੀਂ, ਇਸ ਵਿੱਚ ਇਕੱਲੇ ਜਸਟਿਸ ਰਣਜੀਤ ਸਿੰਘ ਜੀ ਆਏ ਸੀ, ਉਹਨਾਂ ਨੇ ਸਾਡੇ ਨਾਲ ਸੰਪਰਕ ਬਣਾਇਆ ਪਹਿਲੇ ਦਿਨ ਜਦੋਂ ਜਸਟਿਸ ਰਣਜੀਤ ਸਿੰਘ ਜੀ ਕੋਟਕਪੂਰਾ ਆਉਂਦੇ ਆ ਤੇ ਉਹਨਾਂ ਨੂੰ ਮੇਰਾ ਇਹ ਸਵਾਲ ਸੀਗਾ ਸਾਡਾ ਉੱਥੇ ਕਿ ਦੇਖੋ ਰਿਪੋਰਟ ਇਦਾਂ ਦੀ ਦਿਓ ਕਿ ਜੁਡੀਸ਼ਲੀ ਤੋਂ ਕਿਸੇ ਦਾ ਵਿਸ਼ਵਾਸ ਨਾ ਉੱਡ ਜੇ, ਤਾਂ ਉਹਨਾਂ ਦਾ ਇਹ ਜਵਾਬ ਸੀਗਾ ਕਿ ਜਦੋਂ ਮੈਂ ਸਰਵਿਸ ਟਾਈਮ ਤੇ ਆਪਣੀ ਦਾੜੀ ਨੂੰ ਹੱਥ ਲਾ ਕਹਿੰਦੇ ਵੀ ਇਹ ਸਰਵਿਸ ਟਾਈਮ ਤੇ ਮੈਂ ਚਿੱਟੇ ਇਹਨੂੰ ਦਾਗ ਨਹੀਂ ਲੱਗਣ ਦਿੱਤਾ ਤੇ ਅੱਜ ਦੇ ਟਾਈਮ ਇਹਨੂੰ ਦਾਗ ਨਹੀਂ ਲੱਗਣ ਦਿਆਂਗਾ, ਮੈਂ ਉਸ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਜਿਹੜੀ ਸੱਚੀ ਤੇ ਸਮੁੱਚੀ ਰਿਪੋਰਟ ਆ ਜਿਹੜੀ ਲੋਕਾਂ ਦੇ ਵਿੱਚ ਜਨਤੇ ਕਰਾਂਗਾ। ਠੀਕ ਹੈ, ਇੱਕ ਹੋਰ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਇਹ ਬਿਆਨ ਜਿਹੜੇ ਦਰਜ ਹੋਏ ਆ ਕਮਿਸ਼ਨਾਂ ਦੇ ਕੋਲ, ਉਹਨਾਂ ਬਿਆਨਾਂ ਦੇ ਆਧਾਰ ਤੇ ਬਹੁਤ ਕੁਝ ਹੋ ਸਕਦਾ ਜੇ ਸਰਕਾਰ ਚਾਹੇ ਤਾਂ, ਪਰ ਸਰਕਾਰ ਕਿੰਨਾ ਚਾਹੁੰਦੀ ਹੈਗੀ, ਸਰਕਾਰ ਦੀ ਇੱਛਾ ਸ਼ਕਤੀ ਕਿੰਨੀ ਹੈਗੀ ਹੈ, ਇਕੱਲੇ ਪੁਲਿਸ ਵਾਲੇ ਹੀ ਕਸੂਰਵਾਰ ਹੈਗੇ ਆ? ਸਵਾਲ ਇਹ ਪੂਰੀ ਸਿਆਸਤ ਪੁੱਛ ਰਹੀ ਆ ਤੇ ਉੱਥੋਂ ਦੇ ਲੋਕ ਵੀ ਪੁੱਛ ਰਹੇ ਆ ਜਿਹੜੇ ਉਸ ਮੌਕੇ ਤੇ ਹਾਜ਼ਰ ਸੀਗੇ, ਉਹ ਲੋਕ ਪੁੱਛ ਰਹੇ ਆ ਕਿ ਇਕੱਲੀ ਪੁਲਿਸ ਇੱਡਾ ਵੱਡਾ ਕਦਮ ਕਿਵੇਂ ਚੁੱਕ ਸਕਦੀ ਹੈਗੀ ਆ, ਕਿਉਂਕਿ ਉੱਥੇ ਇਹੋ ਜਿਹਾ ਮਾਹੌਲ ਨਹੀਂ ਸੀ। ਇਹ ਕਮਿਸ਼ਨ ਦੀ ਰਿਪੋਰਟ ਵੀ ਕਹਿੰਦੀ ਪਈ ਹੈਗੀ ਹੈ ਉੱਥੇ ਇਹੋ ਜਿਹਾ ਮਾਹੌਲ ਨਹੀਂ ਸੀ ਜਿਹੜਾ ਤਣਾਅਪੂਰਨ ਮਾਹੌਲ ਹੋਵੇ ਤੇ ਜਿਹਨੂੰ ਖਦੇੜਨ ਲਈ ਤੁਹਾਨੂੰ ਗੋਲੀ ਚਲਾਉਣੀ ਪਵੇ। ਸਵਾਲ ਇਹ ਹੈਗਾ ਕਿ ਪੁਲਿਸ ਨੂੰ ਹੁਕਮ ਕਿਸ ਨੇ ਦਿੱਤਾ? ਜਦੋਂ ਹੁਕਮ ਕਰਨ ਵਾਲੇ ਦਾ ਨਹੀਂ ਪਤਾ ਲੱਗੇਗਾ, ਫਿਰ ਇਕੱਲੀ ਪੁਲਿਸ 'ਤੇ ਕੇਸ ਦਰਜ ਕਰਕੇ ਜੋ ਸਬੂਤ ਨਹੀਂ ਮਿਲਣਗੇ, ਫਿਰ ਮਾਮਲੇ ਦਾ ਹੋਊਗਾ ਕਿ? ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ ਕਿ ਬਹਿਵਲ ਕਲਾ ਗੋਲੀ ਕਾਂਡ 'ਚ ਇਕੱਲੀ ਖਾਕੀ ਕਸੂਰਵਾਰ? ਡਾਕਟਰ ਤਾਰਸ ਸੰਧੂ ਜੀ, ਆਪਣੀ ਪਾਰਟੀ ਤੋਂ ਉੱਪਰ ਉੱਠ ਕੇ ਜੀ ਇਹ ਗੱਲ ਤੁਸੀਂ ਕਹਿ ਸਕਦੇ ਹੋ ਕਿ ਬਹਿਵਲ ਕਲਾ ਗੋਲੀ ਕਾਂਡ ਲਈ ਇਕੱਲੀ ਖਾਕੀ ਕਸੂਰਵਾਰ ਹੈ? ਨਹੀਂ, ਮੈਂ ਦੁਬਾਰਾ ਸਵਾਲ ਕਰ ਰਿਹਾ, ਮੈਂ ਇਹ ਗੱਲ ਬਿਲਕੁਲ ਸਮਝਦਾ ਔਰ ਇਹ ਗੱਲ ਜ਼ਿੰਮੇਵਾਰੀ ਨਾਲ ਕਹਿੰਦਾ ਕਿ ਇਕੱਲੇ ਚਰਨਜੀਤ ਸ਼ਰਮਾ ਦੀ ਇਹ ਜ਼ਰੂਰਤ ਨਹੀਂ ਸੀ ਕਿ ਉਹ ਉੱਥੇ ਗੋਲੀ ਚਲਾ ਦਿੰਦਾ, ਪਰ ਫਿਜ਼ੀਕਲੀ ਕਿਉਂਕਿ ਉਹ ਸੀ ਉੱਥੇ ਉਹਦੀ ਮੁੱਖ ਜ਼ਿੰਮੇਵਾਰੀ ਬਣੀ, ਤਾਂ ਹੀ ਉਹ ਚਾਰਾਂ ਨੂੰ ਨਾਮ ਕੀਤਾ ਗਿਆ। ਜਿਹੜੇ ਪੁਲਿਸ ਵਾਲਿਆਂ ਦੀ ਵੀਡੀਓ ਦੇਖ ਰਹੀ ਹੈਗੀ ਚੌਂਕ ਦੇ ਵਿੱਚ, ਉਹਨਾਂ ਦੇ ਕੁਛ ਕੀਤਾ ਜਾ ਸੀ 11 ਜਣੇ ਦਾ ਮਿੰਟ ਚ ਲੱਭ ਲਏ, ਇੱਕ ਮਿੰਟ ਚ ਲੱਭੇ ਗਏ, ਉਸ ਵੇਲੇ ਦੀ ਸਰਕਾਰ ਦੀ ਮੈਂ ਗੱਲ ਕਰਦਾ, ਮੈਂ ਉਸ ਵੇਲੇ ਉਦੋਂ ਤਾਂ ਇੱਕ ਮਿੰਟ ਚ ਲੱਭੇ ਗਏ, ਇਹ ਪੁਲਿਸ ਵਾਲੇ ਅੱਜ ਤੱਕ ਨਹੀਂ ਲੱਭੇ ਗਏ। ਇਹਦਾ ਕੋਈ ਜਵਾਬ ਹੈ ਤੁਹਾਡੇ ਕੋਲ? ਮੈਂ ਤੁਹਾਡਾ ਰਿਪੀਟ ਕਰਿਓ, ਜਿਹੜਾ ਵੀਡੀਓ ਹੈ ਨਾ ਨਾਲ ਨੱਥੀ ਕੀਤਾ, ਨਾਲ ਨੱਥੀ ਕੀਤਾ, ਉਸ ਵੀਡੀਓ ਵਿੱਚ ਪੁਲਿਸ ਵਾਲੇ ਵੀ ਦੇਖਦੇ ਪਏ ਹੈ ਕਿ ਹਾਂਜੀ ਉਹ ਪੁਲਿਸ ਵਾਲਿਆਂ ਤੇ ਕੋਈ ਕੇਸ ਦਰਜ ਕੀਤਾ ਜਾ ਸਕਦਾ ਸੀ, ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾ ਸਕਦੀ? ਜਦੋਂ ਪੂਰੀ ਕੰਪਲੀਟ ਰਿਪੋਰਟ ਬਣ ਗਈ ਹੋਰ ਵੀ ਬਹੁਤ ਕੁਝ ਨਿਕਲੂਗਾ। ਕੰਪਲੀਟ ਰਿਪੋਰਟ ਆਉਣ ਦਿਓ, ਆਪਾਂ ਵੇਟ ਕਰ ਲਓ, ਜਿੱਥੇ ਇੰਨਾ ਕੀਤਾ ਬਹੁਤ ਸਾਨੂੰ ਇੰਤਜ਼ਾਰ ਹੀ ਕਰ ਰਹੇ ਹਾਂ। ਨਹੀਂ ਨਹੀਂ, ਇੰਤਜ਼ਾਰ ਕਰਦਿਆਂ ਨੂੰ ਹੀ ਤਿੰਨ ਸਾਲ ਹੋ ਰਿਹਾ ਹੈ। ਦੇਖੋ ਜੀ, ਨਾਰਮਲ ਹੈ, ਨਾਰਮਲ ਹੈ, ਉਹ ਤੇ ਪਰਚਾ ਕਿਉਂ ਦਰਜ ਹੁੰਦਾ? ਨਾਰਮਲ ਗੱਲ ਕਰਦੇ ਹਾਂ ਸਰ, ਜਦੋਂ ਨਹੀਂ ਤਾਰਾ ਸੰਧੂ ਉਸ ਗੱਲ ਦਾ ਜਵਾਬ, ਸੁਖਰਾਜ ਸਿੰਘ ਮੈਂ ਤੁਹਾਡਾ ਸਵਾਲ ਲੈਣਾ, ਉਸ ਵੀਡੀਓ ਦੇ ਆਧਾਰ ਤੇ ਕੋਈ ਪਰਚਾ ਦਰਜ ਕੀਤਾ ਜਾ ਸਕਦਾ ਸੀ ਜਾਂ ਨਹੀਂ ਕੀਤਾ ਜਾ ਸਕਦਾ? ਫਿਰ ਕਿੰਨੇ ਕਿਹਦੀ ਨਾਕਾਮੀ? ਨਹੀਂ ਕੀਤਾ ਜਾ ਸਕਦਾ, ਕਿਹਦੀ ਨਾਕਾਮੀ ਹੈ ਸਰ? ਨਹੀਂ ਇਹ ਆਜੂਗੀ ਸਾਹਮਣੇ, ਹੋਰ ਨਹੀਂ ਜੀ, ਹੋਇਆ ਕਿਉਂ ਨਹੀਂ ਜਿੱਦ ਅਸੀਂ ਸੁਣ ਕੇ ਦੀ ਉਹਨਾਂ ਨੇ ਤਾਂ ਦੇਖੋ ਜੀ, ਉਹਨਾਂ ਨੇ ਤਾਂ ਕੁਛ ਵੀ ਨਹੀਂ ਕੀਤਾ। ਤੁਸੀਂ ਇਹ ਸਵਾਲ ਨਹੀਂ ਰੇਜ਼ ਕੀਤਾ ਕਦੇ? ਅਸੀਂ ਬਿਲਕੁਲ ਕਰਦੇ ਹਾਂ ਜੀ, ਅਸੀਂ ਤਾਂ ਇਹ ਗੱਲ ਕਹਿੰਦੇ ਆ ਕਿ ਜਿਹੜੀ ਚੀਜ਼ ਦਾ ਵੀਡੀਓ ਐਵੀਡੈਂਸ ਆ ਤੁਸੀਂ ਉਹ ਤੇ ਪਰਚਾ ਦਰਜ ਕਰੋ, ਕਿਉਂ ਨਹੀਂ ਕਰਦੇ? ਸਿਰਫ ਇਸ ਕਰਕੇ ਨਹੀਂ ਕਰਦੇ ਕਿਉਂਕਿ ਇਹਨਾਂ ਨੇ ਪੁਲਿਸ ਕੋਲੋਂ ਗਲਤ ਕੰਮ ਕਰਾਉਣੇ ਹੁੰਦੇ ਆ। ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਸਰਕਾਰ ਦੇ ਵਿੱਚ ਬੈਠੀ ਆ ਉਹਨੇ ਪੁਲਿਸ ਦਾ ਮਿਸਯੂਜ਼ ਕਰਨਾ ਹੁੰਦਾ, ਇੱਥੇ ਮਿਸਯੂਜ਼ ਹੋਇਆ ਪੁਲਿਸ ਦਾ। ਪੁਲਿਸ ਉਹ ਤਾਂ ਪਾਠ ਕਰੀ ਜਾਂਦੇ ਸੀ, ਸਾਨੂੰ ਉੱਥੇ ਮੁਲਾਜ਼ਮਾਂ ਨੇ ਦੱਸਿਆ ਮੈਡੀਕਲ ਕਾਲਜ ਦੇ ਵਿੱਚ ਜਦੋਂ ਇਹ ਜ਼ਖਮੀਆਂ ਨੂੰ ਚੱਕ ਕੇ ਲਿਆਉਂਦੇ ਸੀ, ਰੋ ਰਿਹਾ ਸੀ ਇੱਕ ਹੌਲਦਾਰ ਉੱਥੇ, ਕਹਿੰਦਾ ਅਸੀਂ ਬੜਾ ਕਿਹਾ ਅਫਸਰਾਂ ਨੂੰ ਕਿ ਇਹ ਤਾਂ ਪਾਠ ਕਰੀ ਜਾਂਦੇ, ਕਿਸੇ ਨੂੰ ਕੁਛ ਨਹੀਂ ਕਹਿੰਦੇ, ਆਪਾਂ ਇਹਨੂੰ ਨਾ ਛੇੜੀਏ। ਕਹਿੰਦੇ ਪਤਾ ਨਹੀਂ ਕਿੱਧਰੋਂ ਉਹਨਾਂ ਨੂੰ ਹੁਕਮ ਆਇਆ ਸੀ, ਕਹਿੰਦੇ ਨਹੀਂ ਕਰਨਾ ਹੀ ਕਰਨਾ।
ये अगेंस्ट नामालूम पुलिस अधिकारियों के खिलाफ। तो सर क्या उस वक्त टेस्ट चल रहा था कि क्या था उसमें? वो उस समय कोटकपूरा के अंदर प्रोटेस्ट चल रही थी, उसी दौरान किसी फायरिंग में ये इंजर हुए, तो बाकी जो बातें तफ्तीश में सामने। सर जो इंजर्ड है कहाँ के रहने वाले हैं? वो बरनाला के रहने वाले। सत श्री अकाल जी, ये अजीत सिंह का हवाला दिता गया, तुहानू पता होगा अजीत सिंह का। पुलिस कह रही है ना मालूम पुलिस वालों के खिलाफ, ये मैनू समझा दो थोड़ा, मैं वार वार इको सवाल समझा सकना है तो हाँ। एक सेंटेंस दो, इट्स नॉनसेंस। सुमीर वाजवा की कहियो। बेसिकली तीन साल चलो जो घटना वापरी, अज ही मैनू याद है कि मौके पर पुलिस नू अफसर नू बचा रहा कि क्योंकि फरीदकोट मुकसर फिरोजपुर कुछ जगह पर जड़ियाँ पोलीटिकली SSP दियाँ जो पुलिस अफसर की पोस्टिंग जी हुई होंगे ने वो थोड़ा जा जिन्ना क लगता वो बड़ा प्रैशर थले दबाव पा के की जाती रही है। लेकिन जो घटना वापरी गल तो सिर्फ इन्नी सी कि मोगा एक SSP लग्या उत्थे जा के दूर जा रहा है, वह कि हुक्मरान गया सबनों पता है भी कौन सी सबका DGP सी नहीं सी तफतीश आएगा अगर होर अगे की खुलास होंगे अगे भी किड़े किड़े उतों आते रहे अगे, ये सारिया गलों सामने आन गई। लेकिन सिर्फ गल इन्नी है कि हूँ वो अफसर जो तुम उन्हें बैठ के ऑफ द रिकॉर्ड गल करो तो कहें जे अपने चार नाम दर्ज होए ने जे चार होर पे असं खुलासा करांगे आके कि असल च कहानी है की है, जे कहानी हुई तो कहना बहुत कुछ निकल आया। मतलब यह है कि जो पुलिस वाले उन्होंने पुलिस वालों की इंटरोगेशन होगी जो उन्होंने पुलिस वाले तो सवाल किए जाएंगे तो सारे नाम लेंगे। एक तो स्पष्ट गल है जो असं ये पूछते हैं भी एक तफतीश दौरान जो एक गवाह एक एविडेंस नूं खराब करना वो तो बाद हैरानी की गल देखो जेड़े बंदे इंजर्ड ने कोई दर्ज नहीं, जख्मियों नाल गलबात नहीं, ईवन के उसी थाने का मुलाजम बैबल उहदे च बाजे खाने का एक मुलाजम जख्मी होया उहदा बयान नहीं, एड्डी नेरगर दी आके तफतीश करनी की आके। ये जस्टिस रणजीत सिंह कमीशन की एड्डी गल तो जरूर है कि सामने आई है कि भी उत्थे लगा भी जिहड़ियां अक्सर सुनते सी गल्लां कोरीडोर च बाहर वो पेपर से लैके आए, लेकिन वो जिन चीज़ों उन्होंने नज़रअंदाज किया कि ना लेके आए। लेकिन मैं अज भी मैं कह रहा हाँ कि वो एक थान पर कमीशन मैंने मजबूर लग्या क्योंकि उन्होंने उस कुछ लभ्या कुछ नहीं आके क्योंकि वो गवर्नमेंट ऑफ इंडिया ने एक इन्होंने CFSL ने एक गल कही चंडीगढ़ वाले ने कि जनरल गलबात करते जो साढ़े को हैदराबाद तो अभी करवा सकते हैं, लेकिन जिड़ी चीज़ में तुम आ जाएगा भी इस बंदे ने आ फलाने फलाने मुलाजम ने वो गोली मारी दो गोली लगी आके जी अलग अलग करके इन्होंने ज्यादा पता होगा क्योंकि इन्होंने परिवार के घटना वापरी आके, लेकिन वो दो गोलियां तुम मनोगे सैकेंड का तो अजे पता नहीं खुलासा होना। जे ठीक है सुखराज सिंह जी जी मैं वैसे सवाल बड़ा अटपटा जिहा पर पूछना लाजमी है गोली उन्होंने लगी कितने से? उन्होंने पेट च लगी सी, पंजाबी च कह दिए धुनी तो उपर सी। ਕਿੰਨੀਆਂ ਗੋਲੀਆਂ ਵੱਜੀਆਂ ਸੀ? ਇੱਕ ਗੋਲੀ ਲੱਗੀ ਸੀ ਇਧਰੋਂ ਲੱਗ ਕੇ ਜਿਹੜੀ ਆਰ ਪਾਰ ਹੋਈ ਸੀ ਗੋਲੀ ਪਿੱਛੋਂ ਢੂਈ ਜਿਹੜੀ ਸਾਰੀ ਖਿਲਰੀ ਹੋਈ ਸੀ ਤੇ ਜਿਹੜੇ ਦੂਜੇ ਸਾਥੀ ਉਹਨਾਂ ਦੇ ਜੀ ਇੱਥੇ ਅੱਖ ਦੇ ਉੱਪਰ ਸੀ ਉਹ ਅੰਦਰ ਸਕਲ ਚ ਲੱਗੀ ਸੀ। ਹਾਂਜੀ ਉਸ ਬੱਚੇ ਦਾ ਵੀ ਦੱਸ ਦਿਓ ਜਿਹਦੇ ਗੋਲੀ ਇੱਥੇ ਲੱਗੀ ਸੀ ਉਹ ਪੂਰਾ ਪੱਟ ਚ ਲੱਗੀ ਸੀ ਪੂਰਾ ਉਹਦੇ ਆਪਣਾ ਕ੍ਰਾਸ ਹੋ ਕੇ ਸਾਰਾ ਜ਼ਿੰਦਗੀ ਦੇ ਬਰਬਾਦ ਹੋ ਗਈ ਹੈਗੀ। ਰੀਡ ਜੀ ਉਹਦੀ ਵੀ ਗੱਲ ਕਰ ਦਿਓ। ਅਜੀਤ ਸਿੰਘ ਜੀ ਜੀ ਅਜੀਤ ਸਿੰਘ ਅਜੀਤ ਸਿੰਘ ਦੀ ਗੱਲ ਅਜੀਤ ਸਿੰਘ ਦਾ ਉਹਦੇ ਤਾਂ ਬੜਾ ਦਰਦਨਾਕ ਅਜੀਤ ਸਿੰਘ ਤਾਰਨੀ ਸਾਹਿਬ ਹਾਂਜੀ जे दर्द सी तां पंथक पार्टी होण दे नाते उन्होंने खुद मुद्दा क्यों नहीं चक्या? मैं एक गल तुहानूं इह सवाल करना चाहुंदा जी इहदे विच उन्होंने फिर पंथक पार्टी अकाली दल जुझारूआं दी पार्टी आ पंथक पार्टी अकाली फूला सिंह वर्गियां दी नहीं रखी हुई है पार्टी दी उन्हां दी बनाई हुई पार्टी आ की अज साडे गुरु ग्रंथ साहिब दी प्यो का कतल हो जाए तो पुत घरे बह के उस कतल का जरा इल्जाम लैन लिए देखूगा भी कौन है वो गल साडे नाल हो चुकी है। साहब बहुत बहुत वड्डा सवाल है इसका बहुत संजीदगी नाल जवाब दियो नाल मेरा सवाल नाल मेरा सवाल ले लो तुसीं अजकल पंथक मुद्दियां ते बहुत ज्यादा हरकत विच हो कदे गृह मंत्री नूं मिलदे तुसीं किहनूं मिलदे हो कदे तुसीं बरगाड़ी कांड दी गल कीती उत्थे जाके गृह मंत्री साहब कोल मेरी हुण गल दा जवाब आउंदा दसो। देखो मैं दो पासियां तों गल कर रहा एक बतौर श्रोमणी अकाली दल वालों एक बतौर वकील दे जिथों तां मैं वकील दे नाते गल कर रहा। देखो श्रोमणी अकाली दल ने कोशिश की कि यह सारा कुछ निकल के जेड़े जेड़े दोषी हैगे नामजद होण
ਪਰ ਉਸ ਟਾਈਮ ਤੇ ਇੰਨਾ ਸੈਂਸਿਟਿਵ ਪ੍ਰੋਗਰਾਮ ਹੋਇਆ ਵਾ ਸੀ, ਇੰਨੇ ਸੈਂਸਿਟਿਵ ਲੋਕ ਹੋਏ ਵੇ ਸੀ, ਇੰਨਾ ਸੈਂਸਿਟਿਵ ਮਾਹੌਲ ਹੋਇਆ ਵਾ ਸੀ, ਔਰ ਕੋਈ ਵੀ ਪੁਲਿਸ ਦੀ ਜਾਂ ਮਤਲਬ ਗਵਰਨਮੈਂਟ ਦੀ ਇਨਕੁਆਇਰੀ ਜਾਂ ਇਨਵੈਸਟੀਗੇਸ਼ਨ ਕਿਸੇ ਨੇ ਚੱਲਣੇ ਨਹੀਂ ਦਿੱਤੀ। ਦੇਖੋ ਇੱਕ ਮਿੰਟ ਮੇਰੀ ਗੱਲ ਸੁਣ ਲਿਓ, ਹੁਣ ਹਾਲਾਤ ਇਸ ਤਰ੍ਹਾਂ ਦੇ ਪੈਦਾ ਹੋ ਗਏ ਕਿ ਜਦੋਂ ਇੱਕ ਲੋਕ ਕਮਿਸ਼ਨ ਆਇਆ ਤੇ ਨਾਲ ਦੀ ਨਾਲ ਲੋਕਾਂ ਨੇ ਕਿਹਾ ਨਹੀਂ ਜੀ ਗਵਰਨਮੈਂਟ ਨੂੰ ਕਮਿਸ਼ਨ ਬਣਾਉਣਾ ਚਾਹੀਦਾ, ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ ਗਿਆ। ਚੌਂਕ ਖਾਲੀ ਕਰ ਦੋ, ਚੌਂਕ ਖਾਲੀ ਹੋ ਰਿਹਾ, ਸਰਕਾਰ ਚਾਹੇ ਤਾਂ ਕਾਰਵਾਈ ਵੀ ਕਰ ਸਕਦੀ ਸੀ। ਦੇਖੋ ਮੇਰੀ ਬਾਇਕਾਟ ਹੋਇਆ ਸੀ, ਸਰਕਾਰ ਦਾ ਕਿਹੜਾ ਨੁਮਾਇੰਦਾ ਉੱਥੇ ਪਹੁੰਚਿਆ ਸੀ? ਜਿਹੜਾ ਉੱਥੇ ਉਸ ਮੋਰਚੇ ਵਿੱਚ ਸ਼ਾਮਿਲ ਹੋਇਆ ਹੋਵੇ ਡਿਮਾਂਡ ਕੀਤੀ ਕਿ ਪੁਲਿਸ ਤੇ ਸਾਨੂੰ ਉਤਾਰ ਨਹੀਂ, ਤਾਂ ਆਈ ਜਿਹੜੀ ਹੈਗੀ ਆ ਸੀਬੀਆਈ ਨੂੰ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਦਿੱਤੀ ਗਈ, ਪਰ ਉਹਦੇ ਤੇ ਲੋਕ ਉਤਾਰ ਨਹੀਂ ਕਰਨਾ ਚਾਹੁੰਦੇ। ਪਹਿਲੇ ਕਮਿਸ਼ਨ ਦੀ ਰਿਪੋਰਟ ਆਉਣ ਨਹੀਂ ਦਿੱਤੀ, ਆਈ ਤਾਂ ਉਹਨੂੰ ਜਨਤਕ ਨਹੀਂ ਕੀਤਾ ਗਿਆ, ਦੂਜਾ ਕਮਿਸ਼ਨ ਬਣਾ। ਦੇਖੋ ਇੱਕ ਤੁਸੀਂ ਕਰ ਰਹੇ ਸੀ ਵਾਡੇ ਸਮੇਂ ਤੇ ਪੇਸ਼ ਹੋਈ। ਦੇਖੋ ਇੱਕ ਮਿੰਟ, ਲੋਕ ਕਮਿਸ਼ਨ ਦਾ ਬਾਈਕਾਟ ਕਿਉਂ ਕੀਤਾ? ਮੈਂ ਨਿੱਕਾ ਜਿਹਾ ਸਵਾਲ ਪੁੱਛਦਾ, ਲੋਕ ਕਹਿੰਦੇ ਹਾਰਿਆ ਵਾ ਕੇ ਲੜ ਰਹੇ ਹੋ? ਦੇਖੋ ਦੇਖੋ ਹਾਰਿਆ ਵਾ ਕੇ ਲੜ ਰਹੇ ਹੋ? ਦੇਖੋ ਬਿਲਕੁਲ ਨਹੀਂ, ਇਮਰਾਨ ਸਾਹਿਬ ਯਾਰ ਇੱਕ ਮਿੰਟ ਤਾਰੀ ਸਾਹਿਬ ਮੈਨੂੰ ਇਹ ਸਵਾਲ ਦਾ ਜਵਾਬ ਦਿਓ। ਤਾਰੀ ਸਾਹਿਬ ਤੁਸੀਂ ਕਹਿੰਦੇ ਹੋ ਬਹੁਤ ਕੁਝ ਕਰ ਸਕਦੀ ਹੈ, ਸਰਕਾਰ ਕੋਲ ਬੜੀਆਂ ਪਾਵਰਾਂ ਨੇ, ਸਰਕਾਰ ਤੁਸੀਂ ਉਹਨੂੰ ਸਰਕਾਰ ਨੂੰ ਮਜਬੂਰ ਜਵਾਬ ਦਿਓ। ਤੁਸੀਂ ਕਹਿ ਰਹੇ ਹੋ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਨਹੀਂ ਹੋਈ, ਇਹ ਸਵਾਲ ਤੁਸੀਂ ਆਪਣੀ ਸਰਕਾਰ ਤੋਂ ਵੀ ਪੁੱਛ ਸਕਦੇ ਹੋ। ਮੇਰਾ ਸਵਾਲ ਇਹ ਹੈਗਾ, ਲੋਕ ਕਮਿਸ਼ਨ ਦਾ ਬਾਈਕਾਟ ਕਿਹਨੇ ਕਰਵਾਇਆ ਸੀ? ਜਿਹੜੀਆਂ ਜਸਟਿਸ ਕਾਟਜੂ ਦੀਆਂ ਸਟੇਟਮੈਂਟ ਸੀ ਔਰ ਸ਼ਸ਼ੀ ਕਾਂਤ ਜੀ ਦੀਆਂ ਸਟੇਟਮੈਂਟ ਸੀ, ਉਹ ਸਾਰੀਆਂ ਪੋਲੀਟੀਕਲੀ ਪ੍ਰਭਾਵਿਤ ਸਟੇਟਮੈਂਟਸ ਸੀ। ਦੇਖੋ ਬਿਲਕੁਲ ਮੇਰੀ ਗੱਲ ਸੁਣੋ, ਮੈਂ ਵਕੀਲ ਹੋਣ ਦੇ ਨਾਤੇ ਦੇਖੋ ਮੈਂ ਇੱਕ ਜੱਜ ਦਾ ਤੁਹਾਨੂੰ ਇੱਕ ਕੁਐਸਚਨ ਦੱਸਦਾ। ਇੱਕ ਮੈਂ ਐਜ਼ ਪ੍ਰੈਜ਼ੀਡੈਂਟ ਉਹਨਾਂ ਨੂੰ ਬੋਲਣ ਨੂੰ ਕਿਹਾ ਤਾਂ ਉਹਨਾਂ ਨੇ ਇੱਕੋ ਗੱਲ ਕਹੀ ਕਿ ਜੱਜ ਨੈਵਰ ਸਪੀਕ, ਇਫ ਹੀ ਸਪੀਕਸ ਦੈਨ ਹੀ ਸਪੀਕਸ ਥਰੂ ਹਿਜ਼ ਆਰਡਰਸ। ਠੀਕ ਹੈ ਨੀ, ਜਦੋਂ ਤੁਸੀਂ ਪਬਲਿਕਲੀ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਦੇਣੀਆਂ ਸ਼ੁਰੂ ਕਰ ਦਿਓ, ਕੰਟਰੋਵਰਸ਼ੀਅਲ ਸਟੇਟਮੈਂਟਾਂ ਦੇਣੀਆਂ ਸ਼ੁਰੂ ਕਰ ਦਿਓ, ਔਰ ਸ਼ਸ਼ੀ ਕਾਂਤ ਜੀ ਦੀ ਜਿਹੜੀ ਗੱਲ ਹੈਗੀ ਹੈ ਉਸ ਟਾਈਮ ਦੇ ਡੀਜੀਪੀ ਨਾਲ ਇਹਨਾਂ ਦੇ ਕੀ ਰਿਲੇਸ਼ਨ ਸੀ, ਕਿਸ ਤਰ੍ਹਾਂ ਦੇ ਰਿਲੇਸ਼ਨ ਸੀ, ਜਿਸ ਤਰ੍ਹਾਂ ਦੀਆਂ ਇਹਨਾਂ ਦੀਆਂ ਸਟੇਟਮੈਂਟਸ। ਦੇਖੋ ਮੈਂ ਅਖੀਰ ਦੇ ਵਿੱਚ ਦੇਖੋ ਮੈਂ ਇੱਕੋ ਗੱਲ ਕਰਦਾ, ਇਹਨਾਂ ਦੀ ਤੇ ਉਸ ਟਾਈਮ ਦੇ ਜਿਹੜੇ ਸੈਣੀ ਸਾਹਿਬ ਸੀ, ਸੈਣੀ ਸਾਹਿਬ ਰਿਲੇਸ਼ਨ ਉਹਨਾਂ ਦੇ ਕੀ ਹੈਗੇ ਨਹੀਂ ਹੈਗੇ ਮੈਨੂੰ ਨਹੀਂ ਪਤਾ। ਬਿਲਕੁਲ ਤੁਸੀਂ ਡੀਜੀਪੀ ਲਾਇਆ ਸੀ ਉਹਨਾਂ ਨੂੰ, ਸ਼ਾਮਿਲ ਕੀਤੇ ਜਾਣਗੇ? ਸਵਾਲ ਬਹੁਤ ਸਾਰੇ ਹੈਗੇ ਆ। ਬਹਿਬਲ ਕਲਾ ਗੋਲੀਕਾਂਡ ਦਾ ਹੁਕਮ ਕਿਸਨੇ ਦਿੱਤਾ ਸੀਗਾ? ਉਸ ਹੁਕਮ ਬਾਰੇ ਕਦੋਂ ਪਤਾ ਲੱਗੇਗਾ? ਜੇ ਲੋਕਾਂ ਦੀ ਗੱਲ ਕਰਦੇ ਹੈ, ਲੋਕ ਲਹਿਰ ਦੀ ਗੱਲ ਕਰਦੇ, ਲੋਕ ਨੁਮਾਇੰਦੇ ਦੀ ਗੱਲ ਕਰਦੇ ਆ, ਫਿਰ ਲੋਕਾਂ ਦੀ ਇਹ ਗੱਲ ਕਿਉਂ ਨਹੀਂ ਸੁਣੀ ਜਾਂਦੀ? ਬ੍ਰੇਕ ਤੋਂ ਵਾਪਸ ਆ ਕੇ ਇਹ ਪੁੱਛੂੰਗਾ ਜ਼ਰੂਰ ਕਿ ਬਹਿਬਲ ਕਲਾ ਗੋਲੀਕਾਂਡ ਵਿੱਚ ਇਕੱਲੀ ਖਾਕੀ ਕਸੂਰਵਾਰ ਹੈ? ਇਸ ਸਵਾਲ 'ਤੇ ਅਸੀਂ ਚਰਚਾ ਕਰ ਰਹੇ ਹਾਂ, ਆਖਰੀ ਹਿੱਸੇ ਵਿੱਚ ਹਾਂ ਅਸੀਂ। ਸ਼ਸ਼ੀ ਕਾਂਤ ਜੀ,
आखिरी कमेंट तुसी की देना चाहोगे शशि कुमार जी? मैं बहुत बार इस मुद्दे से चर्चा कर चुके हैं, साडे दर्शक भी पूछन लग पए कदों तक चर्चा करते रहोगे, इंसाफ सानू कदों मिलेगा? शशि कुमार जी, जदों एक एक गल सामने आती है शशि कुमार जी कि सबूत है जिहड़े उह उहनां नाल टैंपरिंग की जाती है, की है वह रिपोर्ट आ जाती है, की है उस तो बाद चार बंदिया दे नाम, चार पुलिस वालों के नाम एफ आई आर शामिल किए जाते हैं, जिहड़ी पुरानी एफ आई आर जिहड़ी 130 नंबर पहलां दर्ज हुई हुई है। सवाल यह हैगा कि हुण इंसाफ की आस है जां खत्म है? मनु इंसाफ की कोई आस नहीं हैगी, जो बुलेट्स ही टैंपर हो गए, यानी एविडेंस ही मुक गया है, तो जिनी भी चाहे कमीशन बन रहे है ने, चाहे रिएक्शन है रही है, सारे उस लगातार राजनीति हो रही हैगी है, मनु तो कोई यकीन नहीं है। इस करके मैं बेनती करना, इस तरह के सेंसिटिव इशूज है, इन्हें पब्लिक कमीशन होने चाहिए, लोगों के अपने कमीशन होने चाहिए है, जिन्हों का किसी के दबाव नहीं है, एंड दे आर टोटली इंडिपेंडेंट। तारस संधु, कोई सवाल का जवाब है? मैं समझता कि जस्टिस रणजीत सिंह कमीशन ने बहुत मेहनत करके वधिया रिपोर्ट ल्यांदी है और ल्यांदी जा रही है, बाकी उदा असेंबली च डिस्कशन होगी, सारयां नूं उत्ते पार्टिसिपेट करन दा मौका मिलेगा। ये मसला एडा सेंसिटिव ते नाजक है, ये मसले ते राजनीति नहीं चलनेगी, नहीं की लागू किया जाऊगा, बकायदा तौर पर लागू किया जाऊगा, श्री अकाल तख्त जथेदार नूं भी इन्हां ने कहा 2.5 घंटे उत्थे भी बैठे रहे, उन्हां दे सेक्रेटरी दे कहण ते उन्हां दी रिपोर्ट ते मेरा शंका नहीं है, मेरा कहना मतलब है भी उन्हूं लागू कदों तक कीता जाऊगा? नहीं लागू कीते करूगी गवर्नमेंट, उहदा पहला स्टेप ही देख लिया कि वह चार जिहड़े हुण तक ऐ जिहड़े मुख फिजिकली उत्थे हाजर सीगे उन्हां दे खिलाफ FIR होई है, पर उन्हां दी अरैसट नहीं ना भई, अरैसट होऊगी लाजमी होगी, अरेस्ट मुकदमा भी चलूगा, जिहड़ा तुहानूं भुलेखा ना भी 3 साल बाद FIR हो रही है ते कह सकदे आ भी 6 साल बाद उहनां दी गिरफ्तारी पऊ? नहीं नहीं, इह नहीं गल, इह कैमोफ्लॉजिंग हैगी, होर कुछ नहीं हैगा, जस्ट टाइम टपाण दी गल हो रही है। कुलदार संधवा आ रहे तारे साहब, कुलदार संधवा तुहानूं भी टाइम इह डंग टपाऊ लग रहा सब कुछ? देखो जी, मैं इहदे ते इस तरह का कोई कमेंट नहीं करना चाहुंदा, मैं तां इह कहिणा भी कैप्टन अमरिंदर तुहाडे राहीं इस चैनल दे राहीं, कैप्टन अमरिंदर सिंह जिहड़े मुख्यमंत्री पंजाब दे, कि लोकां ने अकाली दल दे जिहड़े उस मिसरूल नूं इस करके नकारिया कि गलियां दे विच साडे गुरु नूं उस बेपत कीता गया। हुण तुहाडे कोले मौका है कैप्टन अमरिंदर सिंह कि तुसीं सही इंसाफ दे दिओ, और राजनीति राजनीति तुहाडे मगर तुहाडियां पीढ़ियां दे मगर तुहानूं पातशाहियां बख्शेगी, ये गुरु ऐसा है, ये पातशाहियां बख्शदा, कृपा करके आपां इत्थे राजनीति ना करिए, सब कुछ बख्शेगा, इहनूं बिल्कुल सही इन बिन ਲਿਆਉ ਦੋਸ਼ੀਆਂ ਨੂੰ ਸਾਹਮਣੇ, ਸਭ ਕੁਝ ਠੀਕ ਹੋ ਜਾਏਗਾ, ਔਰ ਇਹ ਤੁਹਾਡੇ ਕੋਲੇ ਮੌਕਾ ਹੈ, ਕੈਪਟਨ ਅਮਰਿੰਦਰ ਸਿੰਘ ਕਰ ਸਕਦੇ ਆ। ਕੁਲਦਾਰ ਸੰਧਵਾ, ਇੱਕ ਆਖਰੀ ਸਵਾਲ ਤੁਹਾਨੂੰ ਜ਼ਰੂਰ ਕਰਨਾ ਚਾਹੁੰਦਾ। ਕੁਲਦਾਰ ਸੰਧਵਾ, ਤੁਸੀਂ ਉੱਥੋਂ ਦੇ ਵਿਧਾਇਕ ਹੋ, ਤੁਹਾਨੂੰ ਤਾਂ ਸਾਰੀ ਕਾਰਵਾਈ ਪਤਾ ਲੱਗਦੀ ਹੈ ਕੀ ਕੁਛ ਹੋ ਰਿਹਾ ਉੱਥੇ, ਪੋਲੀਟੀਕਲੀ ਕਿੰਨੇ ਇਸ ਸਾਰੇ ਮਾਮਲੇ ਨੂੰ ਅੱਗੇ ਵਧਾਇਆ? ਦੇਖੋ ਜੀ, ਸਾਰਾ ਕੰਮ ਹੀ ਪੋਲੀਟੀਕਲ ਹੈ। ਉੱਥੇ ਸਾਨੂੰ ਇਹ ਪਤਾ ਲੱਗਦਾ ਸੀ ਉਹਨਾਂ ਦਿਨਾਂ ਦੇ ਵਿੱਚ ਕਿ ਜਿਹੜੀ ਇਨਵੈਸਟੀਗੇਸ਼ਨ ਨੂੰ ਰੋਕਿਆ ਜਾ ਰਿਹਾ, ਰੋਕ ਕੌਣ ਸਕਦਾ? ਜਿਹੜੀ ਸਰਕਾਰ ਦੇ ਵਿੱਚ ਲੋਕ ਬੈਠੇ ਹੁੰਦੇ, ਸਾਡਾ ਵਿਧਾਇਕ ਉੱਥੇ ਅਕਾਲੀ ਦਲ ਦਾ ਸੀ, ਉੱਥੇ ਲੋਕ ਉਦੋਂ ਜਿਹੜਾ ਮੁੱਖ ਮੰਤਰੀ ਅਕਾਲੀ ਦਲ ਦਾ ਸੀ, ਡਿਪਟੀ ਸੀਐਮ ਅਕਾਲੀ ਦਲ ਦਾ ਸੀ, ਉੱਥੇ ਰੋਕਿਆ ਜਾ ਰਿਹਾ ਸੀ, ਇਨਵੈਸਟੀਗੇਸ਼ਨ ਰੋਕੀ ਜਾ ਰਹੀ ਸੀ ਬਾਈਬਲ ਦੀ, ਬਰਗਾੜੀ ਦੇ ਲੋਕਾਂ ਦੀ ਇਨਵੈਸਟੀਗੇਸ਼ਨ, ਜਿਹੜੇ ਫਿੰਗਰ ਪ੍ਰਿੰਟਿੰਗ ਕਰਨੀ ਸੀ ਸਾਰਿਆਂ ਦੀ, ਉਹ ਰੋਕੀ ਹੈ, ਉਹ ਸਰਕਾਰ ਨੇ ਰੋਕੀ ਹੈ, ਇਹ ਸਾਰਾ ਕੁਝ ਪੋਲੀਟੀਕਲ ਸੀ, ਇਹ ਵੋਟਾਂ ਦੀ ਖਾਤਰ ਕੀਤਾ ਗਿਆ ਸਾਰਾ ਕੁਝ, ਔਰ ਗੁਰੂ ਨੇ ਉਹਨਾਂ ਨੂੰ ਖੂੰਜੇ ਵੀ ਲਾਇਆ, ਉੱਥੇ ਖੂੰਜੇ ਲੱਗੇ ਬੈਠੇ ਨੇ ਵਿਧਾਨ ਸਭਾ ਦੇ ਵਿੱਚ। ਪਰ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦਾ, ਜੇ ਤੁਸੀਂ ਇਲਜ਼ਾਮ, ਤੁਸੀਂ ਇਹ ਚੀਜ਼ ਨਾ ਕੀਤੀ, ਕਿਉਂਕਿ ਬੇਅਦਬੀ ਵਾਲਿਆਂ ਨੂੰ ਬਖਸ਼ਿਆ ਸਿੱਖਾਂ ਨੇ, ਤੁਸੀਂ ਮੱਛੇ ਰੰਗੜ ਤੋਂ ਲੈ ਕੇ ਹੁਣ ਤਾਈਂ ਆ ਜਾਓ, ਬਖਸ਼ਿਆ ਨਹੀਂ, ਕਿਰਪਾ ਕਰਕੇ ਜੇ ਆਪਾਂ ਵੀ ਉਹਨਾਂ ਦੇ ਨਾ ਕਰਨ ਵਾਲਿਆਂ ਦੇ ਨਾਲ ਖੜ ਗਏ, ਲੋਕਾਂ ਨੇ ਬਖਸ਼ਣਾ ਆਪਾਂ ਨੂੰ ਵੀ ਨਹੀਂ, ਤੇ ਜੇ ਆਪਾਂ ਨਿਆਂ ਦੇਤਾ ਸਿਰ ਤੇ ਚੱਕ ਲੈਣਗੇ ਪੰਜਾਬ ਦੇ, ਦੁਨੀਆ ਦੇ ਲੋਕ ਸਿਰ ਤੇ ਚੱਕ ਲੈਣਗੇ। ਅਮਰਿੰਦਰ ਸਿੰਘ ਧਾਰਨੀ, ਤੁਸੀਂ ਸਾਰੀਆਂ ਗੱਲਾਂ ਸੁਣ ਲਈਆਂ ਨਾ, ਸਾਰਿਆਂ ਨੇ ਇੱਕੋ ਗੱਲ ਕਹੀ ਹੈ, ਤੁਹਾਡੀ ਸਰਕਾਰ ਵੇਲੇ ਇਨਵੈਸਟੀਗੇਸ਼ਨ ਰੋਕੀ ਜਾ ਰਹੀ ਸੀ। ਮੈਂ ਇੱਕੋ ਗੱਲ ਕਹਿਣਾ ਕਿ ਸਰਕਾਰ ਵੱਲੋਂ ਸਾਰਾ ਦੋਸ਼ ਸਰਕਾਰ ਨੂੰ ਦੇਣ ਵਾਲੀ ਨਹੀਂ ਗੱਲ ਹੈਗੀ। ਜਦੋਂ ਜਿਹੜਾ ਮੌਬ ਹੁੰਦਾ, ਜਦੋਂ ਇਸ ਤਰ੍ਹਾਂ ਦਾ ਸੈਂਸਿਟਿਵ ਇਸ਼ੂ ਹੋ ਜਾਂਦਾ ਹੈ, ਉਹਨਾਂ ਦੀਆਂ ਜਿਹੜੀਆਂ ਇਮੋਸ਼ਨਲ, ਲੋਕਾਂ ਦੀਆਂ ਇਮੋਸ਼ਨਲ ਭਾਵਨਾਵਾਂ ਹੁੰਦੀਆਂ, ਉਹ ਜਿਹੜੀਆਂ ਹੈਗੀਆਂ ਉਹ ਇਨਵੈਸਟੀਗੇਸ਼ਨ ਦੇ ਭੀੜ ਭੜਕੀ ਹੋਈ ਸੀ, ਤੁਸੀਂ ਇਹ ਗੱਲ ਕਰਨਾ ਚਾਹ ਰਹੇ ਹੋ, ਭੀੜ ਭੜਕੀ ਹੋਈ ਸੀ, ਭੀੜ ਭੜਕੀ ਹੋਈ ਸੀ, ਉਹ ਪੁਲਿਸ ਗੋਲੀ ਚਲਾਉਂਦੀ ਹੈ, ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਦਿੱਤਾ ਜਾਂਦਾ ਕਿ ਧੁਨੀ ਤੇ ਗੋਲੀ ਮਾਰੋ, ਨਹੀਂ ਨਹੀਂ ਦੇਖੋ, ਅੱਖ ਤੇ ਗੋਲੀ ਮਾਰੋ, ਪੱਟ 'ਚ ਗੋਲੀ ਮਾਰੋ, ਇਹ ਪੁਲਿਸ ਨੂੰ ਹੁਕਮ ਦਿੱਤਾ ਜਾਂਦਾ ਤਾਰੀ ਸਾਹਿਬ, ਦੇਖੋ ਮੇਰੀ ਗੱਲ ਸੁਣੋ, ਪਹਿਲੀ ਗੱਲ ਤਾਂ ਇਹ ਪਹਿਚਾਨ ਨਹੀਂ ਹੋਈ, ਜਿਹੜੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਹੈ ਨਾ, ਤੁਹਾਨੂੰ ਪਤਾ ਨਹੀਂ ਤੁਹਾਡੀ ਪੁਲਿਸ ਪੂਰੀ ਹੈ,
ਉਹ ਮੇਰੀ ਪੁਲਿਸ ਨਹੀਂ ਦੇਖੋ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਕਿ ਜਸਟਿਸ ਲੰਗਰ ਹੈਗੀ ਜਾਂਦੀ ਹੈ ਪੁਲਿਸ ਵਾਲੇ ਤੋਂ ਉਹ ਲੰਗਰ ਕਹਿੰਦੇ ਆ ਉਹ ਲੰਗਰ ਸ਼ਿਕਾਰ ਹੈ ਤੁਸੀਂ ਭੜਕੇ ਕਹਿੰਦੇ ਹੋ ਜਿਹੜੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਆ ਉਸ ਤੋਂ ਬਾਅਦ ਜਿਹੜੀ ਸੀਬੀਆਈ ਦੀ ਇਨਵੈਸਟੀਗੇਸ਼ਨ ਹੈ ਜਿਹੜੇ ਜਿਹੜੇ ਵੀ ਉਹਦੇ ਵਿੱਚ ਦੋਸ਼ੀ ਹੋਣਗੇ ਅਸੀਂ ਨਾਲ ਖੜਾਂਗੇ ਅਸੀਂ ਕਹਾਂਗੇ ਕਿ ਉਹਨਾਂ ਨੂੰ ਜਿਹੜਾ ਹੈਗਾ ਸਜ਼ਾਵਾਂ ਦਿੱਤੀਆਂ ਜਾਣ ਪਰ ਮੈਂ ਤਾਰੀ ਸਾਹਿਬ ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਤਾਰੀ ਸਾਹਿਬ ਮੈਂ ਤੁਹਾਨੂੰ ਸਵਾਲ ਕੀਤਾ ਸੀਗਾ ਅਕਾਲੀ ਦਲ ਦਾ ਵਫਦ ਕਦੇ ਬਰਗਾੜੀ ਕਾਂਡ ਬਾਰੇ ਗ੍ਰਹਿ ਮੰਤਰੀ ਨੂੰ ਮਿਲੇਗਾ ਸਰਕਾਰ ਨੂੰ ਮਿਲੇਗਾ ਜਾ ਕੇ ਵੀ ਜਾਂਚ ਜਲਦੀ ਕਰੋ ਫਟਾਫਟ ਕਰੋ ਕਦੇ ਮਿਲੇਗਾ ਅਸੀਂ ਅੱਜ ਕਰਦੇ ਤੁਸੀਂ ਮੰਗ ਨਹੀਂ ਕੀਤੀ ਅਸੀਂ ਅੱਜ ਵੀ ਮੰਗ ਕਰਦੇ ਆ ਕਿ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਤੁਸੀਂ ਅੱਜ ਹੀ ਪੰਥਕ ਮੁੱਦੇ ਲੈ ਕੇ ਹੋ ਤੇ ਗੱਲ ਕੀਤੀ ਜਾ ਕੇ ਤੁਸੀਂ ਦੇਖੋ ਜਦੋਂ ਇਨਵੈਸਟੀਗੇਸ਼ਨ ਦਾ ਇਹ ਤੁਹਾਡੇ ਲਈ ਪੰਥਕ ਮੁੱਦਾ ਨਹੀਂ ਹੈਗਾ ਇਹ ਤੁਹਾਡੇ ਲਈ ਪੰਥਕ ਮੁੱਦਾ ਨਹੀਂ ਹੈਗਾ ਤੁਸੀਂ ਇਹ ਪੰਥਕ ਮੁੱਦਾ ਇਹ ਤਾਂ ਬਾਦਲ ਸਾਹਿਬ ਨੇ ਕਿਹਾ ਤੁਸੀਂ ਫਿਰ ਕਿਉਂ ਨਹੀਂ ਲੈ ਕੇ ਜਾਂਦੇ ਏਜੰਡੇ ਵਿੱਚ ਕਿਉਂ ਨਹੀਂ ਸ਼ਾਮਲ ਕਰਦੇ ਇਹ ਜਿਹੜੀ ਅੱਜ ਜਿੰਨਾ ਅਖਬਾਰਾਂ ਦੇ ਉੱਤੇ ਤੁਹਾਡੇ ਚੈਨਲਾਂ ਦੇ ਉੱਤੇ ਜਿਹੜੀ ਗੱਲ ਚੱਲ ਰਹੀ ਹੈ ਇੱਕੋ ਗੱਲ ਚੱਲ ਰਹੀ ਹੈ ਕਿ ਬਾਦਲ ਸਾਹਿਬ ਨੇ ਗੱਲ ਕਰੀ ਸੀ ਬਾਦਲ ਸਾਹਿਬ ਤੇ ਪਰਚਾ ਦਿੱਤਾ ਜਾ ਇੱਕ ਅਖਬਾਰ ਨੇ ਇਹ ਵੀ ਲਿਖਤਾ ਕਿ ਤ੍ਰਿਪਤ ਬਾਜਵਾ ਨੇ ਜਿਹੜੀ ਹੈਗੀ ਹੈ ਕੈਪਟਨ ਸਾਹਿਬ ਦੀ ਬਿਨਾਂ ਮਰਜ਼ੀ ਤੋਂ ਲੈਟਰ ਵੀ ਕੱਢਤੀ ਹੈ ਕਿ ਉਹਨਾਂ ਦੇ ਉੱਤੇ FIR ਦਰਜ ਕੀਤੀ ਜਾਵੇ ਮੇਰੇ ਕੋਲ ਆ ਪਈ ਤੁਸੀਂ ਉਹਨਾਂ ਅਖਬਾਰਾਂ ਤੇ ਮੁਕੱਦਮਾ ਕਰ ਦੋ ਨਾ ਜਿਹੜਾ ਤੁਹਾਡੇ ਖਿਲਾਫ ਲੇਤਾ ਪਿਆ ਜਿਹਦਾ ਕੋਈ ਐਵੀਡੈਂਸ ਨਹੀਂ ਹੈਗਾ ਕਰੋ ਨਾ ਫਿਰ ਬਿਲਕੁਲ ਕਰਾਂਗੇ ਕਰੋ ਉਹਨਾਂ ਨੂੰ ਪੁੱਛੋ ਅਸੀਂ ਜਿਹੜੇ ਦੋਸ਼ੀਆਂ ਨੂੰ ਬਿਲਕੁਲ ਸਜ਼ਾ ਮਿਲ ਰਹੀ ਹੈ ਮੈਂ ਕੋਈ ਸਵਾਲ ਕੀਤਾ ਸੀਗਾ ਅਕਾਲੀ ਦਲ ਆਪਣਾ ਵਫਦ ਲੈ ਕੇ ਗ੍ਰਹਿ ਮੰਤਰੀ ਸਾਹਿਬ ਕੋਲ ਜਾ ਸਕਦਾ ਇਸ ਮੁੱਦੇ ਤੇ ਦੇਖੋ ਜਾ ਸਕਦਾ ਪਹਿਲਾਂ ਹੀ ਬੜਾ ਕੁਝ ਕਰ ਸਕਦੇ ਸੀਗੇ ਲੇਕਿਨ ਇਹ ਆਪਣੀਆਂ ਮਜਬੂਰੀਆਂ ਆਪਣੀਆਂ ਕੁਛ ਨਾ ਕੁਛ ਲਿਮਿਟੇਸ਼ਨਸ ਕੁਛ ਇੱਕ ਗੱਲਾਂ ਕਹਿ ਕਹਿ ਕੇ ਟਾਈਮ ਟਪਾਇਆ ਇਹਨਾਂ ਕੁਛ ਜਿਹਦੇ ਇਸੇ ਪਿੱਛੇ ਸਰਕਾਰ ਨਹੀਂ ਆਈ ਲੋਕਾਂ ਨੇ ਕਾਫੀ ਇਹਨਾਂ ਦੀ ਕਾਫੀ ਹੱਦ ਤੱਕ ਇਹਨਾਂ ਜੋ ਪੰਥਕ ਤੈਸ਼ੀ ਕੌਮ ਤਾਂ ਕਹਿੰਦੇ ਸੀ ਰਖਵਾਲੇ ਨੇ ਜਦੋਂ ਘਟਨਾ ਵਾਪਰੀਆਂ ਇਹਨਾਂ ਦੇ ਕਾਫੀ ਇਹਨਾਂ ਨੇ ਮਤਲਬ ਨੈਗਲੀਜੈਂਸੀ ਕੀਤੀ ਨਜ਼ਰਅੰਦਾਜ਼ ਕੀਤਾ ਔਰ ਸਰਕਾਰ ਮੈਂ ਬੜਾ ਹੈਰਾਨ ਹਾਂ ਜੋ ਵੀ ਹੁਣ ਕੱਲ੍ਹ ਦੇ ਨੁਮਾਇੰਦੇ ਵੀ ਕਹਿ ਰਹੇ ਨੇ ਸਰਕਾਰ ਹਕੂਮਤ ਹੁੰਦੀ ਹੈ ਸਰਕਾਰ ਹੁੰਦੀ ਹੈ ਲੇਕਿਨ ਉਹਦੇ ਤੁਸੀਂ ਫਿਰ ਆਪਣੀ ਮਜਬੂਰੀ ਦੱਸੋ ਆ ਕੇ ਬੜੀ ਮਾੜੀ ਗੱਲ ਹੈ 3 ਸਾਲ ਇਨਸਾਫ ਮਿਲਣ ਦੀ ਉਮੀਦ ਹੈ ਲੜਕਾਂ 'ਚ ਹੋ ਜਾਏਗਾ ਫਿਰ ਤੁਸੀਂ ਨਾਮ ਜਦ ਹੋਣ ਹੋਏ ਨੇ ਆ ਕੇ ਫਿਰ ਉਹ ਟੈਂਪਰਿੰਗ ਉਹੀ ਗੱਲ ਹੈ ਜਿਵੇਂ ਸਾਰੇ ਕਹਿ ਰਹੇ ਕਿ ਸ਼ਸ਼ੀਕਾਂਤ ਜੀ ਕਹਿ ਰਹੇ ਕਿ ਸਬੂਤ ਮਟਾਣਗੇ ਕੁਛ ਹੋਣਗੇ ਉਹੀ ਚੱਲਦਾ ਕੰਮ ਆ ਕੇ ਲੇਕਿਨ ਸਾਰੀ ਗੱਲ ਹੈ ਕਿ ਜਦੋਂ ਤੱਕ ਹੁਣ ਵੀ ਇਹ ਸਰਕਾਰ ਦੀ ਰਿਪੋਰਟ ਨੂੰ ਠੋਸ ਤਰੀਕੇ ਨਾਲ ਲਾਗੂ ਨਹੀਂ ਕੀਤਾ ਜਾਂਦਾ ਜਾਂ ਕੱਲੇ ਕੱਲੇ ਦੋਸ਼ੀ ਲੱਭਿਆ ਨਹੀਂ ਜਾਂਦਾ ਔਰ ਉਹਨਾਂ ਮੁਲਾਜ਼ਮਾਂ ਨੂੰ ਨਹੀਂ ਲੱਭਿਆ ਜਾਂਦਾ ਜਿਨ੍ਹਾਂ ਨੇ ਗੋਲੀ ਚਲਾਈ ਸੀ ਜਿਨ੍ਹਾਂ ਕਿ ਦੋ ਬੰਦਿਆਂ ਨੂੰ ਨੁਕਸਾਨ ਜਾਨੀ ਨੁਕਸਾਨ ਗਵਾਉਣਾ ਪਿਆ ਠੀਕ ਹੈ ਸੁਖਰਾਜ ਸਿੰਘ ਹਾਂਜੀ ਤੁਹਾਨੂੰ ਹੁਣ ਤਾਂ ਨਹੀਂ ਤੁਹਾਡੇ 'ਤੇ ਦਬਾਅ ਕੋਈ ਪਾਇਆ ਜਾ ਰਿਹਾ ਜਿਹੜਾ ਤੁਹਾਨੂੰ ਹੁਣ ਇਹਨਾਂ ਨੇ ਰਾਹਤ ਰਾਸ਼ੀ ਦਿੱਤੀ ਹੈਗੀ ਹੈ ਇਹ ਰਾਹਤ ਰਾਸ਼ੀ ਹੈ ਤੁਹਾਨੂੰ ਕਬੂਲ ਹੈ ਜਾਂ ਤੁਹਾਨੂੰ ਹਾਂ ਰਾਹਤ ਰਾਸ਼ੀ ਹੈ ਜਿਹੜੀ ਉਦੋਂ ਤੱਕ ਨਹੀਂ ਕਬੂਲ ਕੀਤੀ ਜਾ ਸਕਦੀ ਜਿੰਨਾ ਚਿਰ ਜਿਹੜੇ ਦੋਸ਼ੀ ਆ ਸਲਾਖਾਂ ਪਿੱਛੇ ਨਹੀਂ ਜਾ ਰਹੇ ਰਾਹਤ ਰਾਸ਼ੀ ਦੇ ਕੇ ਸਾਨੂੰ ਚੁੱਪ ਕਰਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਵੀ ਇੱਕ ਮੂੰਹ ਬੰਦ ਕੀਤੇ ਜਾਣ ਪਰ ਜਿਹੜੇ ਦੋਸ਼ੀ ਆ ਉਹਨਾਂ ਤੇ ਪਹਿਲਾਂ ਕਾਰਵਾਈ ਜ਼ਰੂਰੀ ਹੈ ਨਹੀਂ ਆ ਸਰਕਾਰ ਨੇ ਤਾਂ ਇਹਦਾ ਨਹੀਂ ਕੁਛ ਨਹੀਂ ਉਹ ਤਾਂ ਜਸਟ ਇੱਕ ਉਹਨਾਂ ਨੇ ਜਿਸ ਤਰ੍ਹਾਂ ਦਿੰਦੇ ਨੇ ਇਹਨਾਂ ਇਹ ਸਰਕਾਰ ਦੀ ਨਹੀਂ ਮੈਂ ਗੱਲ ਕਰ ਰਿਹਾ ਗੱਲ ਕੀਤੀ ਵੈਸੇ ਹਾਂਜੀ ਤੁਸੀਂ ਥੋੜਾ ਜਿਹਾ ਦਰੁਸਤ ਕਰੋ ਉਹਨਾਂ ਮੂੰਹ ਬੰਦ ਕਰੀ ਜੋ ਹੁਣ ਦਾਦੀ ਤੌਰ ਤੇ ਉਹਨੇ ਕੀਤਾ ਹਾਂਜੀ ਦਾਦੀ ਪਰਿਵਾਰ ਤੌਰ ਤੇ ਜੋ ਤੁਸੀਂ ਇੱਕ ਪਰਿਵਾਰ ਦੇ ਨਾਲ ਕਮਾਉਂਦਾ ਹੈ ਲੈ ਕੇ ਜਾਂਦਾ ਉਹ ਪਰਿਵਾਰ ਪਾਲਦਾ ਇਦਾਂ ਕਰਕੇ ਉਹ ਹੈਡ ਮੁਖੀ ਅਗਰ ਚੱਲ ਜੇ ਉਸ ਨੂੰ ਵੇਖਦੇ ਮਦਦ ਕੀਤੀ ਆਰਥਿਕ ਤੌਰ ਤੇ ਜੋ ਮੈਨੂੰ ਉਹਦੇ ਵਿੱਚ ਜਿਹੜੇ ਨਾਲ ਉਹਨਾਂ ਨੇ ਆਫੀਸਰ ਨਾਮਜ਼ਦ ਕੀਤੇ ਉਹਨਾਂ ਤੇ ਕਾਰਵਾਈ ਵੀ ਨਾਲ ਬੰਦੀ ਹੈ ਨਾ ਠੀਕ ਹੈ ਕਈ ਵਾਰ ਭਾਵਕ ਹੋ ਜਾਂਦਾ ਸੁਖਵੀਰ ਬਾਜਵਾ ਅਸੀਂ ਸਮਝ ਸਕਦੇ ਹਾਂ ਸੁਖਰਾਜ ਸਿੰਘ ਤੁਹਾਡੀ ਭਾਵਨਾ ਅਸੀਂ ਸਮਝ ਸਕਦੇ ਹਾਂ ਜਦੋਂ ਪਰਿਵਾਰ ਦੇ ਵਿੱਚ ਕੋਈ ਗਿਆ ਹੁੰਦਾ ਤੇ ਫਿਰ ਜਦੋਂ ਉਹਦੇ ਬਾਰੇ ਗੱਲ ਹੁੰਦੀ ਹੈ ਤੇ ਫਿਰ ਪਤਾ ਨਹੀਂ ਲੱਗਦਾ ਵੀ ਕੀ ਕਿਹਾ ਜਾਵੇ ਤੇ ਕੀ ਨਿਕਲ ਜਾਵੇ ਸੁਖਰਾਜ ਸਿੰਘ ਤੁਹਾਡਾ ਬਹੁਤ ਧੰਨਵਾਦ ਸੁਖਵੀਰ ਬਾਜਵਾ ਤੁਹਾਡਾ ਬਹੁਤ ਧੰਨਵਾਦ ਤੇ ਤਾਰਾ ਸੰਧ ਤੁਹਾਡਾ ਬਹੁਤ ਧੰਨਵਾਦ ਧਾਰਨੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਕੁਲਤਾਰ ਸੰਧ ਤੁਹਾਡਾ ਬਹੁਤ ਧੰਨਵਾਦ ਸ਼ਸ਼ੀਕਾਂਤ ਜੀ ਤੁਹਾਡਾ ਬਹੁਤ ਧੰਨਵਾਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕਦੋਂ ਜਦ ਤੱਕ ਹੋਵੇਗੀ ਕਦੋਂ ਇਸ ਸਾਰੀਆਂ ਚੀਜ਼ਾਂ ਬਾਹਰ ਨਿਕਲ ਕੇ ਆਉਣਗੀਆਂ ਤੇ ਕਿੰਨਾ ਕਿੰਨਾ ਤੇ ਕਾਰਵਾਈ ਹੋਵੇਗੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਸਰਕਾਰ ਕਿੰਨਾ ਲਾਗੂ ਕਰ ਸਕਦੀ ਹੈ ਸਵਾਲ ਬਹੁਤ ਸਾਰੇ ਹੈਗੇ ਆ ਤੇ ਸਾਰੇ ਸਵਾਲ ਸਰਕਾਰ ਕੋਲ ਆ ਜਵਾਬ ਸਰਕਾਰ ਨੇ ਦੇਣੇ ਆ ਜਦੋਂ ਜਵਾਬ ਦੇ ਦੇਗੀ ਸਾਨੂੰ ਪਤਾ ਲੱਗ ਜੂ ਸਰਕਾਰ ਕਰ ਕੀ ਰਹੀ ਹੈ ਪਰ ਸਵਾਲ ਇੱਕੋ ਬਰਕਰਾਰ ਹੈਗਾ ਬਾਬਲ ਕਲਾ ਗੋਲੀਕਾਂਡ ਕਿਸ ਨੇ ਦਿੱਤਾ ਹੁਕਮ ਇਹ ਹੁਕਮ ਦੇਣ ਵਾਲੇ ਦਾ ਪਤਾ ਲੱਗ ਜੂਗਾ ਤੇ ਫਿਰ ਪਤਾ ਵੀ ਲੱਗ ਜੂਗਾ ਸਰਕਾਰ ਦੀ ਇੱਛਾ ਸ਼ਕਤੀ ਕੀ ਹੈ ਬਹੁਤ ਧੰਨਵਾਦ